स्वागत। दूरदर्शन देख रहे सारे दर्शकों का निघा स्वागत करना बनता जी, करते भी हाँ क्योंकि हुण होर भी ज़्यादा करना बनता है क्योंकि तुहाडा अपना मनपसंद प्रोग्राम गल्लां ते गीत शुरू हो चुकिया है, जिहदे विच गल्लां हुंदियां ने किसे विषय के उत्ते, चर्चा के नाल नाल हुंदे ने गीत। और इस सफर दे विच अज असीं दोनों, मैं शिवाजी आर्यन ते मैं हाँ विशाली, ते जिवें कि तुहानूं पता ही है, शिवाजी ने भी दस्या कि गल्लां ते गीत शुरू हो चुक्या है, जिस विच असीं गल्लां करदे हाँ, गीत सुणदे हाँ, ते हर वारी एक खास विषय ते चर्चा करदे हाँ अपने माहिर मेहमान दे नाल। अज दा जिहड़ा विशा है ओह तुसीं नोट कर लो, ओह है योगा, भोजन ते सेहत। ते जिस तरह तुहानूं पता है फोन इन प्रोग्राम है, तुसीं अपने सवाल भी रख सकदे हो माहिर मेहमान अगे फोन राहीं, ते साडे फोन नंबर जिहड़े ने ओह नोट कर लो, 0181 282 4462, 0181 282 4462। दोस्तों कहते हैं कि करो योग रहो निरोग, वाकई योग करना जिंदगी दे विच बेहद जरूरी है, पर उदे की फायदे ने और क्यों जरूरी है और की उदे विच डिटेल्स ने, की उदे तफसील है, ये सारी असी अज जानांगे साढ़े माहिर मेहमान दे नाल गलबात करते हुए। और इस वेले साढ़े स्टूडियो दे विच माहिर मेहमान पहुँच चुके हैं। इस तो पहले कि मैं तारुफ करावां, इन्हें जरूर दसना चाहना कि योगा इंस्ट्रक्टर ने और आयुर्वेदिक विभाग डिपार्टमेंट जिहड़ा पंजाब दा, उहदे विच डॉक्टर साहब जिहड़े ने कंसल्टेंट दे तौर पर भी काम कर रहे हैं और 2 साल रिसर्च फैलो के तौर पर PGI दे विच भी उन्होंने काम किया। सो बहुत सारी जानकारी उन्होंने को लैन की कोशिश करांगे। डॉक्टर राजीव मेहता जी स्टूडियो आ चुके हैं, निघा स्वागत करते हैं जी। डॉक्टर साहब बहुत बहुत स्वागत आपका, और आज योग ते गलबात करनी है। योग वैसे नहीं, पहला सवाल लेडीज़ फर्स्ट थोड़े वाले ही बोलना जी। डॉक्टर साहब जिवें कि असी अज असी गल कर रहे हैं योग, भोजन ते सेहत बारे, ते योग जड़ा उस जिंदगी च बड़ा ही महत्व रखता है अजकल। असी कहंदे हैं करो योग रहो निरोग, ते सब तो पहला असी योग बारे जे गल करिए, योग शब्द का मतलब की है, ये साडे दर्शकों नूं दसो। वैशाली जी, जे अपने शब्दी अर्थां ते जाइए तो योग शब्द का अर्थ ही जुड़ना है, ਤਾਂ ਜਦੋਂ ਆਪਣੀ ਆਤਮਾ ਨੂੰ ਅਸੀਂ ਪਰਮਾਤਮਾ ਦੇ ਨਾਲ ਜੋੜਦੇ ਹਾਂ ਜੀ, ਡਾਕਟਰ ਸਾਹਿਬ ਸਿੰਪਲ ਸ਼ਬਦਾਂ 'ਚ ਅਸੀਂ ਉਹਨੂੰ ਯੋਗ ਕਹਿ ਸਕਦੇ ਹਾਂ ਜੀ। ਬਾਕੀ ਜੇ ਅਸੀਂ ਆਪਣੇ ਗ੍ਰੰਥਾਂ 'ਤੇ ਜਾਈਏ, ਜਿੱਦਾਂ ਪਤੰਜਲੀ ਜੇ ਯੋਗ ਸੂਤਰ ਨੇ ਆਪਣੀ ਭਗਵਤ ਗੀਤਾ ਹੈ, ਸ਼੍ਰੀਮਦ ਭਗਵਤ ਗੀਤਾ ਜੀ, ਉਹਨਾਂ 'ਤੇ ਜਾਈਏ ਤਾਂ ਉਹਨਾਂ ਦੇ ਵਿੱਚ ਵੀ ਯੋਗ ਦਾ ਵਰਣਨ ਮਿਲਣਾ। ਭਗਵਤ ਗੀਤਾ ਜਿਹੜੀ ਹੈਗੀ ਉਹ ਕਹਿੰਦੀ ਹੈ ਕਿ ਯੋਗਸ਼ ਕਰਮਸੁ ਕੌਸ਼ਲਮ, ਮਤਲਬ ਜਿਹੜਾ ਵੀ ਅਸੀਂ ਕੰਮ ਕਰਦੇ ਹਾਂ ਉਹ ਆਪਣੀ ਤੰਦੇ ਹੀ ਨਾਲ ਕਰੀਏ ਤਾਂ ਅਸੀਂ ਯੋਗ ਦੇ ਵਿੱਚ ਹਾਂ। ਪ੍ਰੈਜੈਂਟ ਦੇ ਵਿੱਚ ਰਹਿ ਕੇ ਕਰੀਏ, ਵਰਤਮਾਨ ਦੇ ਵਿੱਚ ਰਹਿ ਕੇ ਕਰੀਏ, ਭੋਜਨ ਕਰਦੇ ਹਾਂ ਜਾਂ ਆਪਣੀ ਡਿਊਟੀ ਕਰਦੇ ਹਾਂ, ਕੋਈ ਵੀ ਕੰਮ ਕਰਦੇ ਹਾਂ ਤਾਂ ਉਹ ਯੋਗ ਹੈ। ਇੱਦਾਂ ਹੀ ਪਤੰਜਲੀ ਦੇ ਜਿਹੜੇ ਯੋਗ ਸੂਤਰ ਹੈ ਉਹ ਕਹਿੰਦੇ ਆ ਵੀ ਯੋਗਸ ਚਿੱਤ ਵ੍ਰਿੱਤੀ ਨਿਰੋਧ, ਮਨ ਦੀ ਜਿਹੜੀ ਵ੍ਰਿੱਤੀਆਂ ਹੈ ਜੀ ਉਹਨਾਂ ਨੂੰ ਰੋਕਣਾ, ਮਨ ਨੂੰ ਕੰਟਰੋਲ ਕਰਨਾ, ਕਾਬੂ ਕਰਨਾ, ਉਹ ਯੋਗ ਹੈ ਜੀ। ਯੋਗ ਦਾ ਮਹੱਤਵ ਕੀ ਹੈ? ਸਿਰਫ ਅਸੀਂ ਜਿਸ ਤਰ੍ਹਾਂ ਦੇ ਤਾਂ ਤੁਸੀਂ ਦੱਸਿਆ, ਸ਼ਾਬਦਿਕ ਅਰਥ ਤਾਂ ਬਹੁਤ ਸਾਰੇ ਨੇ, ਸੂਤਰ ਵੀ ਬਹੁਤ ਸਾਰੇ ਨੇ, ਪਤੰਜਲੀ ਸੂਤਰ ਕਿਸ ਤਰ੍ਹਾਂ, ਲੇਕਿਨ ਆਮ ਜ਼ਿੰਦਗੀ ਦੇ ਵਿੱਚ ਇਹਦਾ ਕੀ ਮਹੱਤਵ ਹੈ? ਅੱਜ ਕੱਲ੍ਹ ਦਾ ਜੇ ਆਪਾਂ ਸਿਨੈਰੀਓ ਲਈਏ ਜਾਂ ਪਿਛਲਾ ਵੀ ਆਪਾਂ ਸਿਨੈਰੀਓ ਚੱਕ ਲਈਏ ਤਾਂ ਜਿਹੜੇ ਮਨ ਦੀ ਜਿਹੜੀ ਜ਼ਿਆਦਾ ਬਿਮਾਰੀਆਂ ਲੋਕਾਂ ਦੇ ਵਿੱਚ ਹੁੰਦੀਆਂ, ਬਾਬੇ ਨਾਨਕ ਨੇ ਵੀ ਕਿਹਾ ਨਾਨਕ ਦੁਖੀਆ ਸਭ ਸੰਸਾਰ ਜੀ, ਤਾਂ ਉਹਨਾਂ ਨੂੰ ਦੁੱਖਾਂ ਨੂੰ ਮਿਟਾਉਣ ਦਾ ਔਰ ਆਨੰਦ ਦੇ ਵਿੱਚ ਲੈ ਕੇ ਆਉਣ ਵਾਸਤੇ ਜਿਹੜਾ ਯੋਗ ਦਾ ਬਹੁਤ ਜ਼ਿਆਦਾ ਮਹੱਤਵ ਹੈ। ਅਸੀਂ ਯੋਗ ਨਾਲ ਆਪਣੇ ਵਰਤਮਾਨ ਵਿੱਚ ਆਪਣਾ ਕੰਮ ਕਰਦੇ ਰਹੀਏ ਤਾਂ ਉਹ ਖੁਸ਼ੀ ਦਿੰਦਾ ਹੈ, ਪਰਮਾਨੈਂਟ ਜਿਹੜੀ ਬਲਿਸ ਜਿਹਨੂੰ ਆਪਾਂ ਕਹਿੰਦੇ ਹਾਂ, ਆਨੰਦ ਜਿਹਨੂੰ ਕਹਿੰਦੇ ਹਾਂ, ਆਨੰਦਮੈ ਕੋਸ਼ ਇੱਕ ਵਿਆਖਿਆ ਕੀਤੀ ਹੋਈ ਹੈ ਸਾਡੇ ਗ੍ਰੰਥਾਂ 'ਚ, ਉਹਦੇ ਵਿੱਚ ਬੰਦੇ ਨੂੰ ਲੈ ਕੇ ਆਉਂਦਾ ਹੈ। ਤਾਂ ਖੁਸ਼ੀ ਦੇਣਾ ਜਿਹੜਾ ਹੈਗਾ ਉਹਦੇ ਵਿੱਚ ਆਨੰਦ ਦੇ ਵਿੱਚ ਲੈ ਕੇ ਆਉਣਾ ਯੋਗ ਦਾ ਉਦੇਸ਼ ਹੈਗਾ ਮੇਨ। ਸਰੀਰ ਨੂੰ ਸਵਸਥ ਰੱਖਦੇ ਹੋਏ, ਮਨ ਨੂੰ ਜਿਹੜਾ ਹੈਗਾ ਸਿਹਤਮੰਦ ਰੱਖਦੇ ਹੋਏ, ਸਾਡੇ ਮਨ ਸਰੀਰ ਇੰਦਰੀਆਂ ਸਾਰਿਆਂ ਨੂੰ ਇੱਕਦਮ ਮਤਲਬ ਸਿਹਤਮੰਦ ਰੱਖਦੇ ਵਿੱਚ ਪਰਮ ਆਨੰਦ ਵਿੱਚ ਲੈ ਕੇ ਆਉਣਾ ਜਿਹੜਾ ਉਹ ਯੋਗ ਦਾ ਮਨੋਰਥ ਹੈ। ਤੇ ਜਿਵੇਂ ਕਿ ਅਸੀਂ ਅੱਜ ਗੱਲ ਕਰ ਰਹੇ ਹਾਂ ਯੋਗ, ਭੋਜਨ ਅਤੇ ਸਿਹਤ ਬਾਰੇ, ਅਸੀਂ ਵਾਰੀ ਵਾਰੀ ਯੋਗ ਬਾਰੇ, ਭੋਜਨ ਬਾਰੇ ਤੁਹਾਡੇ ਨਾਲ ਗੱਲਾਂ ਕਰਾਂਗੇ, ਬਟ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਯੋਗ ਅਤੇ ਭੋਜਨ ਦਾ ਆਪਸ ਵਿੱਚ ਕੀ ਸੰਬੰਧ? ਯੋਗ ਜਿਹੜਾ ਹੈਗਾ ਜਦੋਂ ਅਸੀਂ ਮਨ ਨੂੰ ਕੰਟਰੋਲ ਕਰ ਲਏ ਹਾਂ ਜੀ, ਤਾਂ ਭੋਜਨ ਉਹਦੇ ਅਕੋਰਡਿੰਗ ਕਰਦੇ ਹਾਂ। ਭੋਜਨ ਜਦੋਂ ਅਸੀਂ ਕਰਦੇ ਹਾਂ ਤਾਂ ਮਨ ਜਿਹੜਾ ਉਹਦੇ ਭੋਜਨ ਦੇ ਵਿੱਚ ਲੱਗਿਆ ਰਹਿਣਾ ਚਾਹੀਦਾ ਜੀ। ਤਾਂ ਯੋਗ ਦੀ ਵੀ ਇਹੀ ਵਿਆਖਿਆ ਹੈ ਕਿ ਤੁਸੀਂ ਪ੍ਰੈਜੈਂਟ ਦੇ ਵਿੱਚ, ਵਰਤਮਾਨ ਦੇ ਵਿੱਚ ਰਹਿਣਾ ਹੈ। ਔਰ ਭਗਵਤ ਗੀਤਾ ਵਿੱਚ ਜਿੱਦਾਂ ਲਿਖਿਆ ਹੈ ਕਿ ਯੁਕਤ ਆਹਾਰ ਵਿਹਾਰਸੈ ਯੁਕਤ ਚੇਸ਼ਟਸੈ ਕਰਮਸੁ ਯੁਕਤ ਸਵਪਨ ਬੋਧਸੈ ਯੋਗੋ ਭਵਤੀ ਦੁਖਾ, ਕਿ ਜਦੋਂ ਅਸੀਂ ਯੁਕਤ ਆਹਾਰ ਕਰਦੇ ਹਾਂ ਜਿਹੜੇ ਸਾਡੀ ਪ੍ਰਕਿਰਤੀ ਸਰੀਰ ਦੀ ਜਿਹੜੀ ਤਸਵੀਰ ਹੈ ਉਹਦੇ ਵਾਸਤੇ ਠੀਕ ਹੈ, ਔਰ ਇਹ ਆਹਾਰ ਦੀ ਗੱਲ ਹੈ, ਬਾਕੀ ਗੱਲਾਂ ਜਿਹੜੀ ਸੋਣਾ ਜਾਗਣਾ ਵਿਹਾਰ ਕਰਨਾ ਨਿਯਮ ਜਿਹੜੇ ਹੈਗੇ ਉਹ ਵੀ ਨਾਲ ਆ ਗਏ, ਪਰ ਜਦੋਂ ਅਸੀਂ ਆਹਾਰ 'ਤੇ ਕੰਸਨਟਰੇਟ ਕਰਦੇ ਉਹਦੇ 'ਤੇ ਤਾਂ ਆਹਾਰ ਜਿਹੜਾ ਹੈਗਾ ਜਦੋਂ ਅਸੀਂ ਯੁਕਤ ਲੈਂਦੇ ਹਾਂ ਤਾਂ ਹੀ ਯੋਗ ਦੇ ਵਿੱਚ ਅਸੀਂ ਜਾ ਸਕਦੇ ਹਾਂ। ਯੋਗ ਤਾਂ ਹੀ ਜਿਹੜਾ ਹੈ ਸਾਡਾ ਸਫਲ ਹੋਏਗਾ ਜੇ ਸਾਡਾ ਆਹਾਰ ਹੈਗਾ
ਉਹ ਯੁਕਤ ਹੋਵੇਗਾ ਪ੍ਰਕਿਰਤੀ ਦੇ, ਸਾਡੀ ਨੇਚਰ ਦੇ, ਸਾਡੀ ਤਸਵੀਰ ਦੇ, ਸਾਡੇ ਸਰੀਰ ਦੇ ਅਨੁਰੂਪ ਹੋਵੇਗਾ। ਜੀ ਜੀ, ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਭੋਜਨ ਵਾਲੀ ਸੈਗਮੈਂਟ ਨੂੰ ਥੋੜ੍ਹਾ ਜਿਹਾ ਆਪਾਂ ਕੋਸ਼ਿਸ਼ ਕਰਦੇ ਹਾਂ, ਬਾਅਦ 'ਚ ਖੋਲਦੇ ਹਾਂ, ਕਿਉਂਕਿ ਪਹਿਲਾਂ ਯੋਗ ਦੇ ਕੁਝ ਸਵਾਲ ਜਿਹੜੇ ਹਲੇ ਜ਼ਹਿਨ 'ਚ ਬਾਕੀ ਪਏ ਨੇ। ਵਿਸ਼ਾਲੀ, ਇੰਟਰਨੈਸ਼ਨਲ ਯੋਗ ਡੇ ਬਾਰੇ ਵੀ ਗੱਲ ਕਰਨੀ ਬਣਦੀ ਹੈ ਨਾ? ਜਿਵੇਂ ਕਿ ਇੰਟਰਨੈਸ਼ਨਲ ਯੋਗ ਡੇ ਆ ਰਿਹਾ 21 ਜੂਨ ਨੂੰ, ਬੜੇ ਹੀ ਲੋਕਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੁੰਦਾ ਹੈ 21 ਜੂਨ ਨੂੰ ਲੈ ਕੇ, ਅਤੇ ਉਸ ਬਾਰੇ ਸਾਨੂੰ ਸਾਡੇ ਦਰਸ਼ਕਾਂ ਨੂੰ ਵਿਸਤਾਰ ਨਾਲ ਦੱਸੋ ਇੰਟਰਨੈਸ਼ਨਲ ਯੋਗ ਡੇ। ਅੰਤਰਰਾਸ਼ਟਰੀ ਯੋਗ ਦਿਵਸ ਦਰਸ਼ਕਾਂ ਨੂੰ ਵੀ ਪਤਾ ਹੈ ਅਤੇ ਅਸੀਂ ਵੀ ਜਾਣਦੇ ਹਾਂ, ਪਿਛਲੇ 3-4 ਸਾਲਾਂ ਤੋਂ ਅਸੀਂ ਮਨਾ ਰਹੇ ਹਾਂ ਰਾਸ਼ਟਰੀ ਪੱਧਰ 'ਤੇ, ਅੰਤਰਰਾਸ਼ਟਰੀ ਪੱਧਰ 'ਤੇ, ਰਾਜ ਪੱਧਰ 'ਤੇ, ਅਤੇ ਥੱਲੇ ਜ਼ਿਲ੍ਹਾ ਪੱਧਰ ਮਤਲਬ ਥੱਲੇ ਤੱਕ ਜਿਹੜਾ ਹੈਗਾ ਗ੍ਰਾਸਰੂਟ ਲੈਵਲ 'ਤੇ ਇਹਨੂੰ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ, ਮਨਾ ਰਹੇ ਹਾਂ। ਇਹਦੇ ਵਿੱਚ ਕੀ ਹੈ ਕਿ ਸੈਂਟਰ ਗੌਰਮੈਂਟ ਵੱਲੋਂ ਜਦੋਂ ਯੋਗ ਦਿਵਸ ਬਾਰੇ ਰਾਜਾਂ ਨੂੰ ਨਿਰਦੇਸ਼ ਦਿੱਤੇ ਗਏ ਤਾਂ ਉਹਦੇ ਵਿੱਚ ਉਹਨੇ ਕਿਹਾ ਕਿ ਹਰ ਇੱਕ ਬੰਦੇ ਨੂੰ ਜਿਹੜਾ ਹੈਗਾ ਇਹਦੇ ਵਿੱਚ ਆਪਾਂ ਸ਼ਾਮਿਲ ਕਰਨਾ ਹੈ, ਥੱਲੇ ਤੋਂ ਥੱਲੇ ਤੱਕ ਬੱਚੇ, ਬਜ਼ੁਰਗ, ਹਰ ਇੱਕ ਜਿਹੜਾ ਸਮਾਜ ਦਾ ਜਿਹੜਾ ਵੀ ਵਰਗ ਹੈ, ਤਾਂ ਉਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਜਿਹੜਾ ਹੈਗਾ ਅਸੀਂ ਆਪਣੇ ਡਿਸਪੈਂਸਰੀ ਪੱਧਰ 'ਤੇ, ਜ਼ਿਲ੍ਹਾ ਪੱਧਰ 'ਤੇ ਜਿਹੜੀ ਸਿੱਖਿਆ ਸੰਸਥਾਵਾਂ ਹੈਗੀਆਂ, ਪੁਲਿਸ ਵਿਭਾਗ ਹੈਗਾ ਜੀ, ਔਰ ਨੋਨ ਗਵਰਨਮੈਂਟ ਔਰਗੇਨਾਈਜੇਸ਼ਨ ਜਿਹੜੀ ਹੈਗੀਆਂ ਜੀ, ਸਾਡਾ ਸਿਹਤ ਵਿਭਾਗ ਤਾਂ ਨਾਲ ਹੋ ਹੀ ਗਿਆ, ਜਿੰਨੇ ਵੀ ਵੱਡੇ ਵੱਡੇ ਵਿਭਾਗ ਨੇ ਜਾਂ ਛੋਟੇ ਵਿਭਾਗ ਨੇ, ਲੋਕਲ ਬੋਡੀਜ਼ ਹੋ ਗਈ, ਪੰਚਾਇਤੀ ਰਾਜ ਸੰਸਥਾਵਾਂ ਹੋ ਗਈਆਂ, ਸਕੂਲ ਛੋਟੇ, ਉਹਨਾਂ ਸਾਰਿਆਂ ਨਾਲ ਮਿਲਾ ਕੇ ਯੋਗ ਦੇ ਜਿਹੜੇ ਟ੍ਰੇਨਿੰਗ ਸੈਸ਼ਨ, ਵਰਕਸ਼ਾਪ, ਉਹ ਸਾਰੀ ਅਰੇਂਜ ਕੀਤੀਆਂ ਜਾ ਰਹੀਆਂ, ਅਤੇ ਇਹ ਸਿਰਫ ਇੱਕ ਦਿਨ ਦਾ ਨਹੀਂ ਹੈ ਕਿ ਅਸੀਂ 21 ਜੂਨ ਨੂੰ ਮਨਾ ਲਿਆ ਅਤੇ ਖਤਮ ਹੋ ਗਿਆ, ਇਸ ਤਰ੍ਹਾਂ ਨਹੀਂ ਹੈ, ਅਸੀਂ ਲੋਕਾਂ ਨੂੰ ਪਰਮਾਨੈਂਟ ਇਸ ਦੇ ਨਾਲ ਜੋੜਨਾ ਹੈ, ਅਤੇ ਉਹ ਇੱਕ ਦਿਨ ਹੈ ਜਿਹੜਾ ਸਪੈਸੀਫਾਈ ਕੀਤਾ ਗਿਆ, ਬਟ ਅਸੀਂ ਪੂਰਾ ਸਾਲ ਜਿਹੜੀ ਇਹ ਐਕਟੀਵਿਟੀ ਹੈ ਇਹ ਅਸੀਂ ਕਰਦੇ ਹਾਂ ਆਪਣੇ ਵਿਭਾਗ ਦੇ ਵਿੱਚ ਵੀ, ਅਤੇ ਲੋਕਾਂ ਨੂੰ ਵੀ ਇਹ ਕਹਿੰਦੇ ਹਾਂ ਵੀ ਪੂਰਾ ਸਾਲ ਹੀ ਜਿਹੜਾ ਹੈਗਾ ਯੋਗ ਕਰੋ। ਬਹੁਤ ਵਧੀਆ ਗੱਲ ਹੈ। ਵਾਕਈ ਇੱਕ ਦਿਨ ਡਾਕਟਰ ਸਾਹਿਬ ਰੱਖਿਆ ਜਾਂਦਾ ਕਿਸੇ ਵੀ ਚੀਜ਼ ਲਈ, ਕਦੇ ਅਸੀਂ ਸਾਹਿਤ ਦਿਵਸ ਰੱਖਦੇ ਹਾਂ, ਕਦੇ ਕਿਸੇ ਵੀ ਚੀਜ਼ ਨੂੰ ਲੈ ਕੇ ਦਿਵਸ ਰੱਖਦੇ, ਉਸੇ ਤਰ੍ਹਾਂ ਜਿਹੜਾ ਯੋਗ ਦਿਵਸ ਚੱਲਦਾ ਜਾਂ ਕਈ ਵਾਰੀ ਪਖਵਾੜੇ ਚੱਲਦੇ ਨੇ, ਮਤਲਬ ਇੱਕੋ ਹੀ ਹੁੰਦਾ ਕਿ ਅਸੀਂ ਆਪਣੇ ਜਿਹੜੇ ਆਸ ਪਾਸ ਦੇ ਸਮਾਜ ਦੇ ਲੋਕਾਂ ਨੂੰ ਜਾਗਰੂਕ ਕਰ ਸਕੀਏ। ਜਾਗਰੂਕ ਕਰਨ ਦੇ ਵਿੱਚ ਜ਼ਿੰਮੇਵਾਰੀਆਂ ਦੀ ਗੱਲ ਆ ਜਾਂਦੀ ਹੈ, ਜ਼ਿੰਮੇਵਾਰੀਆਂ ਨਿਭਾਉਣੀਆਂ ਹਰ ਇੱਕ ਦਾ ਫਰਜ਼ ਹੈ, ਸਾਡਾ ਤੁਹਾਡਾ ਇੱਕ ਵਿਅਕਤੀਗਤ ਰੂਪ 'ਚ ਵੀ, ਲੇਕਿਨ ਜਦੋਂ ਗੱਲ ਚੱਲ ਜਾਂਦੀ ਹੈ ਅਦਾਰਿਆਂ ਦੀ, ਔਰ ਅਦਾਰਿਆਂ ਦੇ ਉੱਤੇ ਪ੍ਰਸ਼ਾਸਨ ਦੀ, ਪ੍ਰਸ਼ਾਸਨ ਦੇ ਉੱਤੇ ਸਰਕਾਰ ਦੀ, ਸਰਕਾਰ ਦੇ ਵਿੱਚ ਤੁਸੀਂ ਦੱਸਿਆ ਕੇਂਦਰ ਸਰਕਾਰ ਨੇ ਨਿਰਦੇਸ਼ ਜਾਰੀ ਕੀਤੇ, ਪਰ ਪੰਜਾਬ ਸਰਕਾਰ ਦਾ ਕੀ ਇਹਦੇ ਵਿੱਚ ਰੋਲ ਹੈ, ਪੰਜਾਬ ਸਰਕਾਰ ਵੱਲੋਂ ਕੀ ਨਿਰਦੇਸ਼ ਦਿੱਤੇ ਗਏ ਨੇ? ਪੰਜਾਬ ਦੇ ਵਿੱਚ ਅਸੀਂ ਮਾਨਵਯੋਗ ਸਿਹਤ ਮੰਤਰੀ ਜੀ ਦੀ ਰਹਿਨੁਮਾਈ ਹੇਠ ਯੋਗ ਦਿਵਸ ਮਨਾਉਣ ਜਾ ਰਹੇ ਹਾਂ 21 ਜੂਨ ਨੂੰ, ਜਿਹੜਾ ਅੰਤਰਰਾਸ਼ਟਰੀ ਯੋਗ ਦਿਵਸ ਹੈ। ਉਹਦੇ ਵਾਸਤੇ ਅਸੀਂ ਵਿਭਾਗ ਪੱਧਰ 'ਤੇ ਕੀ ਕੀਤਾ ਹੈ, ਜਿਹੜੀ ਸਾਡੀ ਡਿਸਪੈਂਸਰੀਆਂ ਹੈਗੀਆਂ, ਜਿਹੜੀ ਸਾਡੀ ਇੰਸਟੀਟਿਊਸ਼ਨਾਂ ਹੈਗੀਆਂ ਰਾਜ ਦੇ ਵਿੱਚ, ਪਹਿਲੇ ਤਾਂ ਪੰਜਾਬ ਸਰਕਾਰ ਵੱਲੋਂ ਟ੍ਰੇਨਰ ਤਿਆਰ ਕੀਤੇ ਗਏ, ਮੁਰਾਰਜੀ ਦੇਸਾਈ ਇੰਸਟੀਚਿਊਟ ਆਫ ਯੋਗਾ ਐਂਡ ਨੈਚੁਰੋਪੈਥੀ ਨਵੀਂ ਦਿੱਲੀ ਹੈਗੀ, ਭਾਰਤ ਸਰਕਾਰ ਦਾ ਇੱਕ ਅਦਾਰਾ ਹੈ, ਉਹਦੇ ਸਹਿਯੋਗ ਨਾਲ ਅਸੀਂ ਆਪਣੇ ਟੈਕਨੀਕਲ ਜਿਹੜਾ ਸਟਾਫ ਹੈ, ਤਕਨੀਕੀ ਸਟਾਫ ਹੈ, ਉਹਨੂੰ ਅਸੀਂ ਯੋਗ ਦੀ ਟ੍ਰੇਨਿੰਗ ਦਿੱਤੀ। ਉਹਨਾਂ ਵੱਲੋਂ ਫਿਰ ਬਾਕੀ ਜਿਹੜਾ ਸਾਡਾ ਸਟਾਫ ਹੈ, ਬਾਕੀ ਬਸਦਾ ਰਹਿੰਦਾ ਸਟਾਫ ਸੀ, ਅੱਜ ਦੇ ਦਿਨ ਆਪਾਂ ਜੇ ਗੱਲ ਕਰੀਏ ਤਾਂ ਤਕਰੀਬਨ ਸਾਡਾ ਪੂਰਾ ਹੀ ਤਕਨੀਕੀ ਸਟਾਫ ਜਿਹੜਾ ਹੈਗਾ ਉਹ ਯੋਗ ਦਾ ਜੋ ਪ੍ਰੋਟੋਕੋਲ ਦਿੱਤਾ ਉਹਦੇ ਵਿੱਚ ਟ੍ਰੇਨਡ ਹੈ, ਅਤੇ ਉਹਨਾਂ ਵੱਲੋਂ ਹੋਸਪਿਟਲ ਪੱਧਰ 'ਤੇ, ਡਿਸਪੈਂਸਰੀ ਪੱਧਰ 'ਤੇ, ਜਿੱਦਾਂ ਅਸੀਂ ਪਹਿਲੇ ਗੱਲ ਕੀਤੀ, ਵੱਖ ਵੱਖ ਅਧਿਕਾਰਾਂ ਨਾਲ ਮਿਲ ਕੇ ਉੱਥੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਹ ਟ੍ਰੇਨਿੰਗ ਪਿਛਲੇ ਲਗਭਗ 2 ਮਹੀਨਿਆਂ ਤੋਂ ਲਗਾਤਾਰ ਜਾਰੀ ਹੈ, ਤਾਂ ਕੋਈ ਵੀ ਜਿਹੜਾ ਦਰਸ਼ਕ ਹੈ ਉਹ ਯੋਗ ਨਾਲ ਜੁੜਨਾ ਚਾਹੁੰਦਾ ਹੈ ਤਾਂ ਉਹਨਾਂ ਟ੍ਰੇਨਿੰਗ ਕੈਂਪਾਂ ਵਿੱਚ ਆਵੇ ਅਤੇ ਯੋਗ ਦੇ ਪ੍ਰੋਟੋਕੋਲ ਦੀ, ਯੋਗ ਦੀ ਜਾਣਕਾਰੀ ਲਵੇ, ਅਤੇ 21 ਜੂਨ ਨੂੰ ਜਿਹੜਾ ਯੋਗ ਦਿਵਸ ਮਨਾਇਆ ਜਾਣਾ ਜੀ ਉਹਦੇ ਵਿੱਚ ਵੱਧ ਚੜ੍ਹ ਕੇ ਭਾਗ ਲਿਆ ਜਾਵੇ ਜੀ। ਇਹਦੇ 'ਚ ਕੋਈ ਵੀ ਆ ਸਕਦਾ? ਕੋਈ ਵੀ ਆ ਸਕਦਾ ਜੀ, ਕਿਸੇ ਵੀ ਸਮਾਜ ਦਾ ਵਰਗ ਦਾ, ਕੋਈ ਵੀ ਬੰਦਾ, ਕੋਈ ਵਿਦਿਆਰਥੀ ਹੋਵੇ ਜਾਂ ਕੋਈ ਕੰਮ ਕਰਨ ਵਾਲਾ ਬੰਦਾ, ਕੋਈ ਵੀ ਔਰਤ ਹੋਵੇ, ਕੋਈ ਵੀ ਬੰਦਾ ਜਿਹੜਾ ਹੈਗਾ ਇਹਦੇ 'ਚ ਪਾਰਟੀਸਪੇਟ ਕਰ ਸਕਦਾ। ਜਿਵੇਂ ਕਿ ਤੁਸੀਂ ਕਿਹਾ ਕਿ ਆਪਾਂ 21 ਜੂਨ ਨੂੰ ਜਿਹੜਾ ਹੈ ਉਹ ਯੋਗ ਦਿਵਸ ਮਨਾਉਂਦੇ ਹਾਂ, ਅਤੇ ਇਸ ਦਾ ਉਦੇਸ਼ ਇਹ ਹੈ ਕਿ ਵਿਸ਼ਾਲੀ ਕਾਲਰ ਆਪਣੇ ਨਾਲ ਇੱਕ ਜੁੜੇ ਹੋਏ ਨੇ, ਕਾਲ ਲਈ ਆਪਾਂ ਪਹਿਲਾਂ ਕਾਲ ਲੈ ਲੈਂਦੇ ਹਾਂ। ਹਾਂ, ਤੁਸੀਂ ਗੱਲ ਕਰੋਗੇ। ਹੈਲੋ, ਨਮਸਕਾਰ ਜੀ ਸਾਰਿਆਂ ਨੂੰ। ਨਮਸਕਾਰ। ਪਹਿਲਾਂ ਤਾਂ ਯੋਗ ਦਿਵਸ 21 ਤਰੀਕ ਨੂੰ ਆ ਰਿਹਾ, ਉਹਦੀ ਸਾਰਿਆਂ ਨੂੰ ਪਹਿਲਾਂ ਤੇ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ। ਧੰਨਵਾਦ ਜੀ, ਬਹੁਤ ਵਧੀਆ ਜਾਣਕਾਰੀ ਦੇ ਰਹੇ ਨੇ। ਤੇ ਬਾਕੀ ਮੈਂ ਪੁੱਛਣਾ ਚਾਹੁੰਦਾ, ਯੋਗ ਰਾਹੀਂ ਅਸੀਂ ਵਾਕਈ ਆਪਣੀ ਸਿਹਤ ਨੂੰ ਠੀਕ ਰੱਖ ਸਕਦੇ ਹਾਂ ਔਰ ਬਿਮਾਰੀਆਂ ਤੋਂ ਵੀ ਬਚ ਸਕਦੇ ਹਾਂ? ਤੇ ਰਜੀਵ ਜੀ ਨੂੰ ਮੈਂ ਬੇਨਤੀ ਕਰਦਾ ਕਿ ਅਸ਼ਟਾਂਗ ਯੋਗ ਬਾਰੇ ਜ਼ਰੂਰ ਦੱਸਿਆ ਜਾਵੇ, ਇਹਦੇ ਉੱਤੇ ਮਤਲਬ ਕਿ ਕਿਸ ਤਰ੍ਹਾਂ ਅਸੀਂ ਚੱਲ ਕੇ ਆਪਣੇ ਜੀਵਨ ਨੂੰ ਸਫਲ, ਚੰਗਾ ਔਰ ਸਿਹਤਮੰਦ ਬਣਾ ਸਕਦੇ। ਬਹੁਤ ਬਹੁਤ ਸ਼ੁਕਰੀਆ ਭਾਸਕਰ ਸਾਹਿਬ। ਔਰ ਇਸ ਤੋਂ ਪਹਿਲਾਂ ਕਿ ਡਾਕਟਰ ਸਾਹਿਬ ਜਵਾਬ ਦੇਣ, ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ। ਬੜਾ ਵਧੀਆ ਲੱਗਦਾ ਜਦੋਂ ਦਰਸ਼ਕਾਂ ਦੇ ਨਾਲ ਸਾਡੀ ਦਿਲ ਦੀ ਦਿਲ ਨਾਲ ਰਾਹ ਮਿਲਦੀ ਹੈ, ਕਿਉਂਕਿ ਮੇਰਾ ਅਗਲਾ ਸਵਾਲ ਅਸ਼ਟਾਂਗ ਯੋਗ ਪੱਧਤੀ ਦਾ ਹੀ ਸੀਗਾ। ਔਰ ਤੁਸੀਂ ਯਕੀਨ ਮੰਨੋ ਕਿ ਇੰਨੀ ਖੁਸ਼ੀ ਹੁੰਦੀ ਕਿ ਸਾਨੂੰ ਇਹ ਲੱਗਦਾ ਕਿ ਸਾਡਾ ਜਿਹੜਾ ਦੂਰਦਰਸ਼ਨ ਦਾ ਪ੍ਰੋਗਰਾਮ ਜਿਹੜਾ ਨਾ ਉਹ ਸਫਲ ਹੁੰਦਾ ਕਿਤੇ ਨਾ ਕਿਤੇ, ਜਦੋਂ ਦਰਸ਼ਕਾਂ ਦੀ ਰੂਹ, ਉਹਨਾਂ ਦੇ ਵਿਚਾਰ ਸਾਡੇ ਨਾਲ ਮਿਲਦੇ ਨੇ। ਅਤੇ ਇਹਨਾਂ ਦੇ ਸਵਾਲ ਦਾ ਜਵਾਬ ਵੀ, ਮੇਰਾ ਵੀ ਉਹੀ ਸਵਾਲ ਜੀ। ਇਹਨਾਂ ਦੇ ਸਵਾਲ ਦਾ ਜਵਾਬ ਦੇਣ ਤੋਂ ਪਹਿਲੇ ਮੈਨੂੰ ਵੀ ਬੜੀ ਖੁਸ਼ੀ ਹੋਈ ਹੈ ਕਿ ਜਿਹੜਾ ਅਸੀਂ ਅੰਤਰਰਾਸ਼ਟਰੀ ਯੋਗ ਦਿਵਸ ਮਨਾ ਰਹੇ ਹਾਂ, ਅਵੇਅਰਨੈਸ
ਅਸ਼ਟਾਂਗ ਯੋਗ ਦੀ ਜੇ ਆਪਾਂ ਗੱਲ ਕਰੀਏ ਤਾਂ ਅਸ਼ਟਾਂਗ ਯੋਗ ਰਾਜ ਯੋਗ ਦਾ ਇੱਕ ਹਿੱਸਾ ਹੈ ਜਿਹੜਾ ਮਹਾਰਿਸ਼ੀ ਪਤੰਜਲੀ ਵੱਲੋਂ ਦਿੱਤਾ ਗਿਆ ਜੀ। ਅਸ਼ਟਾਂਗ ਮਤਲਬ 8 ਅੰਗ ਅਤੇ 8 ਅੰਗਾਂ ਦੀ ਉਹਨਾਂ ਨੇ ਕਲਪਨਾ ਕੀਤੀ ਹੈ। ਉਹਦੇ ਆਪਾਂ ਡਿਟੇਲ 'ਚ ਗੱਲ ਕਰੀਏ ਤਾਂ ਸਾਨੂੰ ਕਾਫੀ ਟਾਈਮ ਲੱਗ ਜਾਏਗਾ। ਸ਼ੋਰਟ ਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਪੰਜ ਉਹਦੇ ਜਿਹੜੇ ਹੈਗੇ ਉਹ ਬਾਹਿਰੰਗ ਉਹਨਾਂ ਨੇ ਕਿਹਾ ਅਤੇ 3 ਜਿਹੜੇ ਹੈਗੇ ਅੰਤਰੰਗ ਕਿਹਾ। ਅੱਛਾ ਜੀ। ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਣਾ, ਧਿਆਨ, ਸਮਾਧੀ। ਜੀ। ਜਿਹੜੇ ਪਿਛਲੇ 3 ਨੇ ਧਾਰਣਾ, ਧਿਆਨ, ਸਮਾਧੀ, ਉਹਨਾਂ ਨੂੰ ਅੰਤਰੰਗ ਉਹਨਾਂ ਨੇ ਕਿਹਾ ਅਤੇ ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਿਆਹਾਰ, ਉਹਨਾਂ ਨੂੰ ਬਾਹਿਰੰਗ ਕਿਹਾ ਹੈ। ਯਮ ਤੋਂ ਆਪਾਂ ਸ਼ੁਰੂ ਹੋਈਏ ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਹਿੰਸਾ, ਸੱਤ, ਅਸਤੇਅ, ਬ੍ਰਹਮਚਰਿਆ, ਅਪਰਿਗ੍ਰਹਿ, ਉਹਦੇ 5 ਉਹਨਾਂ ਨੇ ਪਾਠ ਦੱਸੇ ਹੈ। ਇੱਦਾਂ ਹੀ ਆਪਾਂ ਇਹ ਇਹ ਮਤਲਬ ਇਹ ਹੈ ਕਿ ਤੁਸੀਂ ਦੁਨੀਆਂ ਦੇ ਵਿੱਚ ਆਰਟ ਆਫ ਲਿਵਿੰਗ ਜਿਹਨੂੰ ਆਪਾਂ ਕਹਿ ਸਕਦੇ ਹਾਂ, ਬਿਲਕੁਲ ਜੀ, ਕਿਸ ਤਰ੍ਹਾਂ ਵਿਚਰਨਾ ਹੈ, ਮਤਲਬ ਦੂਸਰੇ ਦੇ ਪ੍ਰਤੀ ਕਿਸ ਤਰ੍ਹਾਂ ਦਾ ਤੁਹਾਡਾ ਵਿਵਹਾਰ ਜਿਹੜਾ ਹੈਗਾ ਉਹ ਹੋਣਾ ਚਾਹੀਦਾ। ਨਿਯਮ ਜਿਹੜੇ ਹੈਗੇ ਉਹ ਵੀ 5 ਹੈ, ਉਹ ਪਰਸਨਲ ਹਾਈਜੀਨ ਜਿਹੜੀ ਹੈਗੀ ਤੁਸੀਂ ਕਿਸ ਤਰ੍ਹਾਂ ਰੱਖਣੀ ਆਪਣੇ ਵਾਸਤੇ, ਉਹਦੇ ਵਿੱਚ ਉਹਨਾਂ ਨੇ ਕਿਹਾ ਸ਼ੋਚ, ਸੰਤੋਸ਼, ਤਪ, ਸਵਾਦ ਹੈ, ਈਸ਼ਵਰ ਪ੍ਰਧਾਨ, ਉਹ ਤੁਹਾਡੇ ਆਪਣੇ ਵਾਸਤੇ ਹੈ। ਤਾਂ ਤੁਹਾਡੇ ਆਪਣੇ ਵਾਸਤੇ ਵੀ ਉਹਨਾਂ ਨੇ ਦੱਸਤਾ ਔਰ ਸਮਾਜ ਵਾਸਤੇ ਵੀ ਦੱਸਤਾ। ਇਹਦੇ ਵਿੱਚ ਕਾਫੀ ਕੁਛ ਜਿਹੜਾ ਹੈਗਾ ਉਹ ਕਵਰ ਹੋ ਜਾਂਦਾ ਹੈ, ਜਿਹੜਾ ਤੁਸੀਂ ਇੱਕ ਸਿਹਤਮੰਦ ਇਨਸਾਨ ਵਾਸਤੇ, ਸਿਹਤਮੰਦ ਸਮਾਜ ਵਾਸਤੇ, ਸਿਹਤਮੰਦ ਦੇਸ਼ ਵਾਸਤੇ ਜ਼ਰੂਰੀ ਹੈ। ਯਮ ਨਿਯਮ ਤੋਂ ਬਾਅਦ ਉਹਨਾਂ ਨੇ ਗੱਲ ਕੀਤੀ ਆਸਣ ਦੀ, ਜਿਹੜਾ ਅੱਜ ਕੱਲ੍ਹ ਬਹੁਤ ਜ਼ਿਆਦਾ ਲੋਕਪ੍ਰਿਯ ਹੈ, ਪਾਪੂਲਰ ਹੋ ਰਿਹਾ ਆਸਣ ਜਿਹੜੇ ਪਾਰਟ ਹੈ। ਆਸਣ ਦਾ ਜਿਹੜਾ ਪਾਰਟ ਹੈ ਉਹਦੇ 2 ਫਾਇਦੇ ਹੁੰਦੇ, ਮਨ 'ਤੇ ਔਰ ਸਰੀਰ 'ਤੇ। ਸਰੀਰ ਦੇ ਉੱਪਰ ਦੇ ਸਰੀਰ ਦਾ ਉਹਨੂੰ ਡਬਲ ਫਾਇਦਾ, ਮਤਲਬ ਸਰੀਰ ਨੂੰ ਵੀ ਫਾਇਦਾ ਹੋ ਜਾਂਦਾ, ਬੇਸਿਕਲੀ ਉਹਦਾ ਕੰਸੈਪਟ ਮਨ ਵਾਸਤੇ ਹੈ। ਅੱਛਾ ਜੀ। ਉਹਦੇ ਵਿੱਚ ਆਪਾਂ ਲੌਂਗ ਦੇਰ ਤੱਕ, ਲੰਬੇ ਟਾਈਮ ਤੱਕ ਆਸਣ ਦੇ ਵਿੱਚ ਰਹਿੰਦੇ ਹਾਂ ਔਰ ਜਿਹੜਾ ਸਾਡੀ ਕੰਸਨਟ੍ਰੇਸ਼ਨ ਹੈ, ਜਿਹੜਾ ਸਾਡਾ ਧਿਆਨ ਹੈ, ਉਹ ਸਾਡੇ ਸਾਹ ਦੇ ਉੱਪਰ ਹੁੰਦਾ ਹੈ। ਸਾਹ ਆ ਰਹੀ ਹੈ ਉਹਦੀ ਆਵਾਜ਼ ਦੇ ਉੱਪਰ ਹੁੰਦਾ ਹੈ, ਉਹਦੀ ਆਵਾਜ਼ ਦੇ ਉੱਪਰ ਜਦੋਂ ਆਪਾਂ ਧਿਆਨ ਕਰਦੇ ਹਾਂ ਤਾਂ ਸਾਡਾ ਜਿਹੜਾ ਮਨ ਹੈ ਉਹ ਕਾਬੂ ਦੇ ਵਿੱਚ ਰਹਿੰਦਾ ਹੈ ਔਰ ਸਾਡਾ ਜਿਹੜਾ ਸਰੀਰ ਹੈ ਉਹ ਜਿਹੜੀ ਆਸਣ ਤੋਂ ਬਾਅਦ ਪ੍ਰਾਣਾਯਾਮ, ਪ੍ਰਤਿਆਹਾਰ, ਧਾਰਣਾ, ਧਿਆਨ, ਸਮਾਧੀ, ਜਿਹਦੇ ਵਿੱਚ ਸਾਨੂੰ ਲੰਬੇ ਸਮੇਂ ਤੱਕ ਬੈਠਣ ਦੀ ਲੋੜ ਪੈਂਦੀ ਹੈ ਕਿਸੇ ਵੀ ਖਾਸ ਆਸਣ ਦੇ ਵਿੱਚ, ਉਹਦੇ ਵਾਸਤੇ ਸਾਡਾ ਸਰੀਰ ਤਿਆਰ ਹੁੰਦਾ ਹੈ। ਤਾਂ ਇਸ ਤਰ੍ਹਾਂ ਨਾਲ ਆਸਣ ਦਾ ਕੰਸੈਪਟ ਜਿਹੜਾ ਨਾ ਬੜੀ ਖੂਬਸੂਰਤੀ ਨਾਲ ਉਹਦੇ ਵਿੱਚ ਲਗਾਇਆ ਹੈ ਕਿ ਸਰੀਰ ਔਰ ਮਨ ਦੋਨੋਂ। ਫਿਰ ਪ੍ਰਾਣਾਯਾਮ ਦਾ ਹਿੱਸਾ, ਜਿਹਦਾ ਜਿਹੜਾ ਸਾਡਾ ਪ੍ਰਾਣ ਹੈ, ਜੇ ਆਪਾਂ ਸਿੰਪਲ ਸ਼ਬਦਾਂ ਜਿਹਨੂੰ ਸਵਾਸ ਕਹਿ ਸਕਦੇ ਹਾਂ ਬਟ ਕੋਰਲੇਟ ਨਹੀਂ ਕਰ ਸਕਦੇ, ਆਪਾਂ ਸਮਝਣ ਵਾਸਤੇ ਨੂੰ ਕਹਿ ਸਕਦੇ ਹਾਂ, ਉਹਨੂੰ ਕੰਟਰੋਲ ਕਰਨਾ, ਉਹਦੀ ਐਕਸਰਸਾਈਜ਼ ਕਰਨੀ, ਉਹ ਪ੍ਰਾਣਾਯਾਮ। ਉਹਦੇ ਵੱਖ ਵੱਖ ਹਿੱਸੇ ਉਹਨਾਂ ਨੇ ਦੱਸਿਆ, ਕਪਾਲ ਭਾਤੀ ਹੋ ਗਿਆ, ਅਨੁਲੋਮ ਵਿਲੋਮ ਹੋ ਗਿਆ, ਚੰਦਰ ਨਾੜੀ, ਵੱਖ ਵੱਖ ਤਰ੍ਹਾਂ ਦੇ, ਹੈ ਨਾ। ਤਾਂ ਉਹਦੇ ਨਾਲ ਆਪਾਂ ਜਿਹੜਾ ਸਵਾਸ ਹੈ ਸਾਡਾ ਅੰਦਰ ਜਾ ਰਿਹਾ ਬਾਹਰ ਆ ਜਾ ਰਿਹਾ, ਉਹਨੂੰ ਕੰਟਰੋਲ ਕਰਦੇ ਹਾਂ ਅਤੇ ਉਹ ਪ੍ਰਾਣਾਯਾਮ ਦਾ ਹਿੱਸਾ ਹੈ। ਉਹ ਵੀ ਸਾਡੇ ਮਨ ਨੂੰ ਜਿਹੜਾ ਹੈਗਾ ਕੰਟਰੋਲ, ਕਾਬੂ ਕਰਨ 'ਚ ਸਹਾਇਤਾ ਕਰਦਾ। ਪ੍ਰਾਣਾਯਾਮ ਤੋਂ ਬਾਅਦ ਪ੍ਰਤਿਆਹਾਰ, ਜਿਹੜੀ ਇੰਦਰੀਆਂ ਹੈ ਜਿਹੜੀ ਸਾਡੀ ਬਾਹਰ ਨੂੰ ਭੱਜਦੀਆਂ, ਉਹਨਾਂ ਨੂੰ ਅੰਦਰ ਨੂੰ ਲੈ ਕੇ ਆਉਣਾ, ਉਹ ਪ੍ਰਤਿਆਹਾਰ ਹੈ। ਧਾਰਨਾ, ਫਿਰ ਉਹਨੂੰ ਇੱਕ ਜਗ੍ਹਾ 'ਤੇ ਫੋਕਸ ਕਰਨਾ, ਇੱਕ ਜਗ੍ਹਾ 'ਤੇ ਜਦੋਂ ਤੁਸੀਂ ਫੋਕਸ ਕਰਦੇ ਹੋ, ਕੰਸਨਟ੍ਰੇਟ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਧਾਰਨਾ ਹੈ। ਫਿਰ ਧਿਆਨ, ਜਦੋਂ ਤੁਸੀਂ ਲੰਬੇ ਸਮੇਂ ਤੱਕ ਕਿਸੇ ਚੀਜ਼ 'ਤੇ ਕੰਸਨਟ੍ਰੇਟ ਕਰਦੇ ਹੋ, ਕਿਸੇ ਚੀਜ਼ ਦੇ ਉੱਪਰ ਤੁਸੀਂ ਆਪਣੇ ਇਸ਼ਟ ਦੇਵ 'ਤੇ ਜਾਂ ਆਪਣੇ ਸਰੀਰ ਦੇ ਕਿਸੇ ਅੰਗ 'ਤੇ ਜਾਂ ਆਪਣੀ ਨਾਭੀ 'ਤੇ ਜਾਂ ਆਪਣੇ ਸਾਹ 'ਤੇ, ਜਦੋਂ ਲੰਬੇ ਸਮੇਂ ਤੱਕ ਤੁਸੀਂ ਉਹਨੂੰ ਕੰਸਨਟ੍ਰੇਟ ਕਰਦੇ ਹੋ, ਇੱਕ ਜਗ੍ਹਾ 'ਤੇ ਕੇਂਦਰਿਤ ਕਰਦੇ ਹੋ, ਤਾਂ ਉਹ ਧਿਆਨ ਦੀ ਅਵਸਥਾ ਹੈ। ਉਸ ਤੋਂ ਬਾਅਦ ਸਮਾਧੀ ਜਿਹੜੀ ਹੈਗੀ ਹੈ, ਉਹ ਤੁਸੀਂ ਜਿਹੜਾ ਯੂਨੀਵਰਸ ਹੈ, ਜਿਹੜਾ ਪਰਮਾਤਮਾ ਵੱਲੋਂ ਸਿਰਜਿਤ ਕੀਤਾ ਗਿਆ ਪਰਮਾਤਮਾ ਹੈ ਜਿਹੜਾ, ਉਹਦੇ ਨਾਲ ਤੁਸੀਂ ਇੱਕ ਰੂਪ ਹੋ ਜਾਂਦੇ ਹੋ, ਉਹ ਸਮਾਧੀ ਦਾ ਇੱਕ ਹਿੱਸਾ ਹੈ, ਸਮਾਧੀ ਮਤਲਬ ਉਸਨੂੰ ਕਹਿੰਦੇ ਆਪਾਂ। ਤਾਂ ਇਸ ਤਰ੍ਹਾਂ ਨਾਲ ਬੜੀ ਖੂਬਸੂਰਤੀ ਨਾਲ ਸਰੀਰ ਔਰ ਮਨ ਔਰ ਆਤਮਾ ਦੇ ਵਿੱਚ ਪਰਮਾਨੈਂਟਲੀ ਜਿਹੜੀ ਹੈਗੀ ਆਨੰਦ ਦੇ ਵਿੱਚ ਉਹਨੂੰ ਵਿਵਸਥਿਤ ਕਰਨ ਵਾਸਤੇ 8 ਅੰਗਾਂ ਦੀ ਕਲਪਨਾ ਕੀਤੀ ਗਈ। ਡਾਕਟਰ ਸਾਹਿਬ, ਉੱਥੇ ਤਾਂ ਕੀਤੀ ਗਈ ਹੈ ਕਲਪਨਾ ਬਹੁਤ ਅੱਛੇ ਤਰੀਕੇ ਨਾਲ ਵੇਖਿਆ ਕੀਤੀ ਗਈ, ਪਰ ਮੈਂ ਕਹਿਣਾ ਚਾਹਾਂਗਾ ਇਸ ਪ੍ਰੋਗਰਾਮ 'ਚ ਕਿ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ, ਬਹੁਤ ਵਧੀਆ ਲੱਗਿਆ। ਅਤੇ ਅਸੀਂ ਹੋਰ ਵੀ ਤੁਹਾਡੇ ਤੋਂ ਇਸ ਦੇ ਉੱਤੇ ਜਾਣਕਾਰੀ ਪ੍ਰਾਪਤ ਕਰਾਂਗੇ, ਪਰ ਹੁਣ ਸਮਾਂ ਹੋ ਗਿਆ ਇਹ ਗੀਤ ਦਾ, ਅਸੀਂ ਆਪਣੇ ਦਰਸ਼ਕਾਂ ਨੂੰ ਸੁਣਾਉਂਦੇ ਹਾਂ ਇਹ ਗੀਤ। ਆਓ ਸੁਣੀਏ ਗੀਤ।
ਪਿੰਡ ਕਵੀਸ਼ਰ ਸੋਹਣੇ ਮੱਲ ਕੇ ਪਿੰਡ ਲਿਖਾਰੀ ਉਹ ਸਾਹੋ ਪਿੰਡ ਕਵੀਸ਼ਰ ਸੋਹਣੇ ਮੱਲ ਕੇ ਪਿੰਡ ਲਿਖਾਰੀ ਭਈ ਅੰਮ੍ਰਿਤ ਸਰ ਵਿੱਚ ਮੱਲ ਸੁਣੀ ਦੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਸਾਰੇ ਦਰਸ਼ਕਾਂ ਦਾ। ਅੱਜ ਅਸੀਂ ਗੱਲਾਂ ਤੇ ਗੀਤ ਵਿੱਚ ਗੱਲ ਕਰ ਰਹੇ ਹਾਂ ਯੋਗ ਭੋਜਨ ਤੇ ਸਿਹਤ ਬਾਰੇ, ਤੇ ਇਸ ਤੋਂ ਪਹਿਲਾਂ ਅਸੀਂ ਆਪਣੇ ਮਾਹਿਰ ਮਹਿਮਾਨ ਨਾਲ ਹੋਰ ਸਵਾਲ ਕਰੀਏ। ਸਾਡੇ ਨਾਲ ਜੁੜ ਚੁੱਕੇ ਨੇ ਇੱਕ ਹੋਰ ਕਾਲਰ, ਆਓ ਉਹਨਾਂ ਨਾਲ ਗੱਲਾਂ ਕਰੀਏ। ਹੈਲੋ, ਹੈਲੋ ਜੀ, ਸਵਾਗਤ ਹੈ ਤੁਹਾਡਾ ਗੱਲਾਂ ਤੇ ਗੀਤ ਦੇ ਵਿੱਚ। ਸ਼ੁਕਰੀਆ ਮੈਡਮ, ਮਿਹਰਬਾਨੀ। ਮੈਂ ਹਰਜਿੰਦਰ ਸਿੰਘ ਪਿੰਡ ਪਾਣਾ ਡਿਸਟ੍ਰਿਕਟ ਮੁਕਤਸਰ ਤੋਂ ਬੋਲਦਾ ਜੀ। ਮੈਂ ਫਾਰਮੇਟਰ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ, ਸਰ ਮੈਨੂੰ ਪੇਟ ਦੀ ਕਾਫੀ ਦੇਰ ਦੀ ਪ੍ਰੋਬਲਮ ਸੀਗੀ ਤੇ ਮੈਂ ਕਬਾੜ ਭਾਰਤੀ ਤੇ ਰੋਮ ਕਾਫੀ ਦੇਰ ਦਾ ਕਰਦੇ ਸਾਰਾ ਤੇ ਸ਼ਹਿਰ ਦਾ ਅਕਸਰ ਸਰ ਕੈਂਪ ਲੱਗਦੇ ਰਹਿੰਦੇ ਆ। ਇਹ ਕਹਿਣਾ ਚਾਹੁੰਦੇ ਸਰ ਵੀ ਜੇ ਪਿੰਡਾਂ ਦੇ ਵਿੱਚ ਕੋਈ ਮਹਾਂ ਰਿਸਪਾਲਟ ਬੁਲਾਇਆ ਜਾਵੇ ਤਾਂ ਪਿੰਡ ਦੇ ਵਿੱਚ ਸਰ ਕਾਫੀ ਲੋਕ ਆ, ਕਈ ਸਹੀ ਢੰਗ ਨਾਲ ਹੀ ਕਿਤੇ ਆਉਂਦਾ ਤਾਂ ਉਹ ਹੋਰ ਪ੍ਰੋਬਲਮ ਖੜੀ ਹੋ ਜਾਂਦੀ ਹੈ ਸਰ। ਇਹਨਾਂ ਨੂੰ ਇਹ ਦੱਸ ਰਹੇ ਨੇ ਕਿ ਪੇਟ ਦੀ ਦਿੱਕਤ ਸੀਗੀ, ਕਪਾਲ ਭਾਤੀ ਔਰ ਬਾਕੀ ਪ੍ਰਾਣਾਯਾਮ ਹੀ ਕਰਦੇ ਨੇ। ਵੈਸੇ ਇਹ ਵੀ ਤਰੀਕੇ ਨਾਲ ਕਰਨੇ ਚਾਹੀਦੇ ਨੇ ਕਿਉਂਕਿ ਕਈ ਵਾਰੀ ਅਸੀਂ ਬਿਨਾਂ ਸਿੱਖੇ ਕਰਦੇ ਹਾਂ। ਅਤੇ ਉਹਨਾਂ ਦਾ ਦੂਸਰਾ ਸਵਾਲ ਇਸੇ 'ਚ ਸੀਗਾ ਕਿ ਕੋਈ ਨਾ ਕੋਈ ਐਸਾ ਬੰਦਾ ਹੋਣਾ ਚਾਹੀਦਾ ਜਿਹੜਾ ਉੱਥੇ ਉਹਨਾਂ ਨੂੰ ਟ੍ਰੇਨ ਕਰ ਸਕੇ ਪਿੰਡਾਂ 'ਚ। ਪਿੰਡਾਂ ਦੀ ਗੱਲ ਕੀਤੀ ਆਪਾਂ, ਇਸ ਤੋਂ ਪਹਿਲੇ ਆਪਾਂ ਗੱਲ ਕਰ ਚੁੱਕੇ ਹਾਂ ਕਿ ਸਾਡੇ ਵਿਭਾਗ ਵੱਲੋਂ ਸਾਰਾ ਤਕਨੀਕੀ ਸਟਾਫ ਤਕਰੀਬਨ ਸਾਰਾ ਤਕਨੀਕੀ ਸਟਾਫ ਇਹਦੇ ਵਿੱਚ ਟ੍ਰੇਨ ਕੀਤਾ ਗਿਆ। ਤਾਂ ਮੁਕਤਸਰ ਜ਼ਿਲ੍ਹੇ ਦੇ ਵਿੱਚ ਵੀ ਸਾਡਾ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਦਫ਼ਤਰ ਹੈਗਾ। ਮੁਕਤਸਰ ਜ਼ਿਲ੍ਹੇ ਦੇ ਜਿੰਨੇ ਵੀ ਕੰਮ ਕਰਦੇ ਆ ਸਾਡੇ ਆਯੁਰਵੈਦਿਕ ਮੈਡੀਕਲ ਅਫਸਰ ਨੇ ਜਾਂ ਡਿਸਪੈਂਸਰ ਨੇ, ਉਹ ਸਾਰੇ ਇਸ ਵਿਧਾ ਵਿੱਚ ਟ੍ਰੇਨ ਨੇ। ਤਾਂ ਦਰਸ਼ਕ ਸਾਹਿਬਾਨ ਉੱਥੇ ਜਾ ਸਕਦੇ ਨੇ ਸਾਡੇ ਡਿਸਟ੍ਰਿਕਟ ਅਫਸਰ ਕੋਲ, ਅਤੇ ਉੱਥੇ ਜਾ ਕੇ ਜਿੰਨੇ ਵੀ ਸਾਡੇ ਮਾਹਿਰ ਆ ਉਹਨਾਂ ਨਾਲ ਕੰਟੈਕਟ ਕਰ ਸਕਦੇ ਨੇ। ਅਤੇ ਸਾਡਾ ਆਯੁਰਵੈਦਿਕ ਕਾਲਜ ਵੀ ਹੈਗੇ ਨੇ, ਡਿਸਪੈਂਸ ਦੋ ਆਯੁਰਵੈਦਿਕ ਡਿਸਪੈਂਸਰੀ ਪੱਧਰ 'ਤੇ ਵੀ ਸਾਡੇ ਵੱਲੋਂ ਇਹਨੂੰ ਚਲਾਇਆ ਜਾ ਰਿਹਾ। ਤਾਂ ਡਿਸਪੈਂਸਰੀ ਪੱਧਰ 'ਤੇ ਵੀ ਇਹ ਜਾ ਸਕਦੇ ਨੇ ਅਤੇ ਟ੍ਰੇਨਿੰਗ ਲੈ ਸਕਦੇ ਨੇ ਜੀ। ਔਰ ਵਿਸ਼ਾਲੀ ਜਿਹੜੀ ਅਗਲਾ ਸਵਾਲ ਵੀ ਤੁਸੀਂ ਲਓ। ਅਤੇ ਜਿਵੇਂ ਕਿ ਅਸੀਂ ਗੱਲ ਕਰ ਹੀ ਰਹੇ ਹਾਂ ਅਤੇ ਆਪਾਂ ਗੀਤ ਤੋਂ ਪਹਿਲਾਂ ਯੋਗ ਦੇ ਬਾਰੇ ਗੱਲ ਕਰੀ, ਹੁਣ ਆਪਾਂ ਭੋਜਨ ਵੱਲ ਥੋੜ੍ਹਾ ਜਿਹਾ ਸ਼ਿਫਟ ਹੋ ਜਾਂਦੇ ਹਾਂ। ਅਤੇ ਭੋਜਨ ਦੀ ਜੇ ਗੱਲ ਕਰੀਏ ਤਾਂ ਅਸੀਂ ਇੱਕ ਨਾਮ ਸੁਣਦੇ ਹਾਂ ਸਾਤਵਿਕ ਭੋਜਨ, ਜਿਹਨੂੰ ਬਹੁਤ ਹੀ ਸ਼ੁੱਧ ਮੰਨਿਆ ਜਾਂਦਾ, ਅਤੇ ਇਹ ਸਾਤਵਿਕ ਭੋਜਨ ਕੀ ਹੈ ਡਾਕਟਰ ਸਾਹਿਬ? ਸਾਤਵਿਕ ਭੋਜਨ ਦੇ ਨਾਲ ਨਾਲ ਮੈਂ ਤਾਮਸਿਕ ਅਤੇ ਰਾਜਸਿਕ ਭੋਜਨ ਦੀ ਗੱਲ ਕਰਾਂ। ਤਾਂ ਅਸੀਂ ਰੈਫਰੈਂਸ ਲੈ ਕੇ ਚੱਲੀਏ ਜੇ ਭਗਵਤ ਗੀਤਾ ਦਾ, ਮਤਲਬ ਕਿ ਸਾਡੀ ਕਿੰਨੀ ਪੁਰਾਣੀ ਜਿਹੜਾ ਹੈਗਾ ਗ੍ਰੰਥ ਹੈ, ਬਿਲਕੁਲ ਸਾਨੂੰ ਖੁਦ ਨਹੀਂ ਪਤਾ ਕਿ ਕਦੋਂ ਇਹ ਜਿਹੜਾ ਹੈਗਾ ਅਸਤਿਤਵ ਦੇ ਵਿੱਚ ਆਇਆ। ਉਹਦੇ ਵਿੱਚ ਵੀ ਇਹਦੇ ਬਾਰੇ ਗੱਲ ਕੀਤੀ ਗਈ ਹੈ ਕਿ ਜਦੋਂ ਰਾਜਸਿਕ ਭੋਜਨ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਤੇਜ਼ ਖੱਟਾ, ਤੇਜ਼ ਨਮਕ ਔਰ ਤੇਜ਼ ਮਿਰਚਾਂ, ਇਸ ਤਰ੍ਹਾਂ ਦਾ ਜਿਹੜਾ ਭੋਜਨ ਹੈ ਉਹਨੂੰ ਅਸੀਂ ਰਾਜਸਿਕ ਭੋਜਨ ਜਿਹੜਾ ਹੈਗਾ ਕਹਿੰਦੇ ਹਾਂ। ਤਾਮਸਿਕ ਭੋਜਨ ਜਿਹੜਾ ਗਲਿਆ ਸੜਿਆ, ਬਾਸੀ, ਅੱਧਾ ਕੱਚਾ ਅੱਧਾ ਪੱਕਾ, ਇਸ ਤਰ੍ਹਾਂ ਦਾ ਜਿਹੜਾ ਭੋਜਨ ਹੈ ਉਹਨੂੰ ਅਸੀਂ ਤਾਮਸਿਕ ਭੋਜਨ ਕਹਿੰਦੇ ਹਾਂ। ਅਤੇ ਜਦੋਂ ਉਹਨਾਂ ਨੇ ਸਾਤਵਿਕ ਭੋਜਨ ਦੀ ਗੱਲ ਕੀਤੀ, ਉਹਨਾਂ ਨੇ ਕੋਈ ਭੋਜਨ ਉਹਦੇ ਵਿੱਚ ਉਹਨੂੰ ਡਿਫਾਈਨ ਨਹੀਂ ਕੀਤਾ, ਬਟ ਉਹਦੇ ਬਾਰੇ ਇੱਕ ਯੂਨੀਵਰਸਲ ਜਿਹੜੀ ਹੈਗੀ ਉਹ ਸਟੇਟਮੈਂਟ ਦਿੱਤੀ ਕਿ ਅਫਲਾਕਾਂਕਸ਼ੀ ਅਭਿਯੋਗਿਓ ਵਿਧੀ ਦ੍ਰਿਸ਼ਟੀ ਸਹਿਜਤੇ ਜਸਟ ਵੈ ਮੇ ਵਿਤੀ ਮਨ ਸਮੁਦਾਏ ਸਹਿ ਸਾਤਵਿਕ। ਉਹਨਾਂ ਨੇ ਦੱਸਿਆ ਕਿ ਜਦੋਂ ਬਿਨਾਂ ਕਿਸੇ ਫਲ ਦੀ ਇੱਛਾ ਲੈ ਕੇ ਆਦਮੀ ਜਿਹੜਾ ਹੈਗਾ ਉਹ ਚੱਲਿਆ, ਜਿਹਦੇ ਮਨ 'ਚ ਕੋਈ ਇੱਛਾ ਨਹੀਂ ਹੈ, ਕਿਸੇ ਜਿਹੜਾ ਵੀ ਉਹ ਕਰਮ ਕਰਦਾ ਉਹਦੇ ਫਲ ਦੀ ਕੋਈ ਇੱਛਾ ਨਹੀਂ ਹੈ, ਉਸ ਤਰ੍ਹਾਂ ਦਾ ਵਿਅਕਤੀ ਜਦੋਂ ਇਹ ਸੋਚ ਕੇ ਕਰਦਾ ਹੈ ਭੋਜਨ ਕਿ ਇਹ ਜਿਹੜਾ ਭੋਜਨ ਹੈ ਇਹ ਭਗਵਾਨ ਵਾਸਤੇ ਕਰ ਰਿਹਾ, ਉਹਨੂੰ ਅਰਪਣ ਕਰਕੇ ਚੱਲ ਰਿਹਾ, ਤਾਂ ਉਸ ਤਰ੍ਹਾਂ ਦੇ ਭੋਜਨ ਨੂੰ ਉਹਨਾਂ ਨੇ ਸਾਤਵਿਕ ਕਿਹਾ। ਪਰ ਜੇ ਆਪਾਂ ਰਾਜਸਿਕ ਔਰ ਤਾਮਸਿਕ ਭੋਜਨ ਦੇ ਭੋਜਨ 'ਤੇ ਜਾਈਏ ਕਿ ਉਹ ਕਿਸ ਤਰ੍ਹਾਂ ਦਾ ਰਾਜਸਿਕ ਹੁੰਦਾ ਕਿਸ ਤਰ੍ਹਾਂ ਦਾ, ਤਾਂ ਉਸ ਤੋਂ ਇਲਾਵਾ ਜਿਹੜਾ ਭੋਜਨ ਬਚਿਆ ਜਿਹੜਾ ਗਰਮ ਹੋਵੇ, ਤਾਜ਼ਾ ਹੋਵੇ, ਜਿਹੜੀ ਸਾਡੀ ਤਸਵੀਰ ਹੈ ਸਰੀਰ ਦੀ ਉਹਦੇ ਅਨੁਸਾਰ ਹੋਵੇ, ਮੌਸਮ ਜਿਹੜਾ ਹੈਗਾ ਜਿਸ ਟਾਈਮ ਜਿੱਦਾਂ ਸਾਡੇ ਇੱਥੇ 6 ਰੁੱਤਾਂ ਚੱਲਦੀਆਂ, ਮੌਸਮ ਦੇ ਅਨੁਰੂਪ ਕੀਤਾ ਜਾਵੇ। ਜੇ ਅਸੀਂ ਗਰਮੀ 'ਚ ਜਾਂ ਗਰਮ ਭੋਜਨ ਖਾਈਏ ਜਿਹੜੀ ਤਸੀਰ ਗਰਮ ਹੈ ਤਾਂ ਸਰੀਰ ਨੂੰ ਨੁਕਸਾਨ ਕਰੇਗਾ, ਤਾਂ ਉਹਨੂੰ ਸਾਤਵਿਕ ਨਹੀਂ ਕਹਿ ਪਾਵਾਂਗੇ। ਤਾਂ ਉਹ ਸੀਜ਼ਨ ਦਾ ਜਿਹੜਾ ਕਾਲ ਜਿਹਨੂੰ ਆਯੁਰਵੇਦ 'ਚ ਅਸੀਂ ਕਿਹਾ ਉਸਦੇ ਅਕੋਰਡਿੰਗ ਉਹਦੇ ਅਨੁਸਾਰ ਉਹਨਾਂ ਨੇ ਦੱਸਿਆ। ਇਸੇ ਤਰ੍ਹਾਂ ਦੇਸ਼ ਜਿੱਥੇ ਆਪਾਂ ਰਹਿੰਦੇ ਹਾਂ, ਹੁਣ ਇੱਥੇ ਅਸੀਂ ਰਹਿੰਦੇ ਹਾਂ ਸਾਡੇ ਵਾਸਤੇ ਕੁਛ ਹੋਰ ਸਾਤਵਿਕ ਹੈ, ਅਸੀਂ ਦੱਖਣ ਦੱਖਣ ਭਾਰਤ ਜਾਈਏ ਉਹਨਾਂ ਵਾਸਤੇ ਕੁਛ ਹੋਰ ਸਾਤਵਿਕ ਹੈ। ਅਤੇ ਇਸ ਤਰ੍ਹਾਂ ਨਾਲ ਸਾਤਵਿਕ ਭੋਜਨ ਦੀ ਪਰਿਕਲਪਨਾ ਜਿਹੜੀ ਹੈ ਉਹ ਕੀਤੀ ਗਈ ਹੈ, ਉਹਦੇ ਵਿੱਚ ਅਲੱਗ ਅਲੱਗ ਜਿਹੜੇ ਹੈਗੇ ਫੈਕਟਰ ਉਹ ਕੰਮ ਕਰਦੇ ਨੇ। ਅਤੇ ਕੁਛ ਨਿਯਮ ਵੀ ਹੁੰਦੇ ਨੇ ਕਿ ਭੋਜਨ ਤੋਂ ਬਾਅਦ ਕਹਿੰਦੇ ਨੇ ਕਿ ਯੋਗ ਨਹੀਂ ਕਰਨਾ ਚਾਹੀਦਾ, ਅਤੇ ਕਿੰਨਾ ਕੁ ਗੈਪ ਹੋਣਾ ਚਾਹੀਦਾ ਯੋਗ ਅਤੇ ਮਤਲਬ ਭੋਜਨ ਕਰਨ ਤੋਂ ਬਾਅਦ? ਯੋਗ ਅਤੇ ਭੋਜਨ ਦੀ ਜੇ ਆਪਾਂ ਗੱਲ ਕਰੀਏ ਤਾਂ ਅਸੀਂ ਕਹਿੰਦੇ ਕਿ ਯੋਗ ਦਾ ਜਿਹੜਾ ਆਸਣ ਔਰ ਪ੍ਰਾਣਾਯਾਮ ਜਿਹੜਾ ਹਿੱਸਾ ਹੈ
ਬਾਕੀ ਤਾਂ ਯੋਗ ਜਿਹੜਾ ਹੈਗਾ ਉਹ ਸਾਰੀ ਜ਼ਿੰਦਗੀ ਵਿੱਚ ਚੱਲਦਾ ਰਹਿੰਦਾ, ਭੋਜਨ ਦੇ ਨਾਲ ਵੀ ਚੱਲਦਾ ਰਹਿੰਦਾ, ਭੋਜਨ ਤੋਂ ਬਾਅਦ ਵੀ ਚੱਲਦਾ ਰਹਿੰਦਾ, ਭੋਜਨ ਤੋਂ ਪਹਿਲੇ ਵੀ ਚੱਲਦਾ ਰਹਿੰਦਾ। ਕੋਈ ਵੀ ਅਸੀਂ ਐਕਟੀਵਿਟੀ ਕਰਦੇ ਹਾਂ ਉਹ ਯੋਗ ਦੇ ਵਿੱਚ ਵੀ ਕਰ ਲੈਣੀ, ਯੋਗ ਦੇ ਵਿੱਚ ਹੀ ਕਰਨੀ ਚਾਹੀਦੀ ਹੈ। ਪਰ ਜੇ ਅਸੀਂ ਆਸਣ ਔਰ ਪ੍ਰਾਣਾਯਾਮ ਦੀ ਗੱਲ ਕਰੀਏ ਤਾਂ ਆਸਣ ਔਰ ਪ੍ਰਾਣਾਯਾਮ ਅਸੀਂ ਕੋਸ਼ਿਸ਼ ਕਰਦੇ ਹਾਂ ਅਤੇ ਲੋਕਾਂ ਨੂੰ ਵੀ ਕਹਿੰਦੇ ਹਾਂ ਕਿ ਇਸ ਨੂੰ ਖਾਲੀ ਪੇਟ ਕੀਤਾ ਜਾਵੇ। ਖਾਣਾ ਖਾਣ ਤੋਂ ਬਾਅਦ ਘੱਟ ਤੋਂ ਘੱਟ 2 ਘੰਟੇ ਦਾ ਜਿਹੜਾ ਹੈਗਾ ਸਮਾਂ ਹੋਣਾ ਚਾਹੀਦਾ ਜਿਸ ਤੋਂ ਬਾਅਦ ਆਸਣ ਕਰਨੇ ਚਾਹੀਦੇ। ਖਾਣਾ ਖਾਣ ਤੋਂ ਇੱਕਦਮ ਬਾਅਦ ਨਹੀਂ, ਇਸੇ ਤਰ੍ਹਾਂ ਹੀ ਜਦੋਂ ਅਸੀਂ ਆਸਣ ਕਰਦੇ ਹਾਂ ਤਾਂ ਉਸ ਤੋਂ ਇੱਕਦਮ ਬਾਅਦ ਭੋਜਨ ਨਹੀਂ ਲੈਣਾ ਚਾਹੀਦਾ, ਘੱਟ ਤੋਂ ਘੱਟ ਵੀ 1 ਘੰਟੇ ਦਾ ਜਿਹੜਾ ਗੈਪ ਹੈ ਉਹਦੇ ਵਿੱਚ ਰੱਖਣਾ ਚਾਹੀਦਾ ਹੈ। ਜੀ ਦੋਸਤੋ, ਸਿਹਤ ਔਰ ਭੋਜਨ ਯੋਗ ਇਸ ਵਿਸ਼ੇ 'ਤੇ ਅੱਜ ਆਪਣੀਆਂ ਗੱਲਾਂ ਚੱਲ ਰਹੀਆਂ ਨੇ। ਸਾਡੇ ਨਾਲ ਬਣੇ ਹੋਏ ਨੇ ਡਾਕਟਰ ਰਾਜੀਵ ਮਹਿਤਾ ਜੀ ਔਰ ਡਾਕਟਰ ਸਾਹਿਬ, ਤੁਹਾਡੇ ਕੋਲ ਕੁਝ ਸਵਾਲ ਹੋਰ ਪੁੱਛਣੇ ਕਿਉਂਕਿ ਭੋਜਨ ਦੀਆਂ ਗੱਲਾਂ ਦੇ ਵਿੱਚ ਕਾਫੀ ਸਾਰੇ ਸਵਾਲ ਹੈ, ਜਲਦੀ ਜਲਦੀ ਮੈਂ ਕਰਨਾ ਚਾਹ ਰਿਹਾ ਸਮਾਂ ਥੋੜ੍ਹਾ ਸਾਡੇ ਕੋਲ। ਭੋਜਨ ਦੇ ਕੁਝ ਖਾਸ ਨਿਯਮ ਕਾਇਦੇ ਕੀ ਹੁੰਦੇ ਨੇ ਕਿ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਵੇਰੇ ਉੱਠ ਕੇ ਕਿਸ ਤਰ੍ਹਾਂ ਕੀ ਖਾਣਾ ਪੀਣਾ ਚਾਹੀਦਾ ਹੈ, ਭੋਜਨ ਤੋਂ ਬਾਅਦ ਪਾਣੀ ਦਾ ਕਿੰਨਾ ਕੁ ਵਕਫਾ ਰੱਖਣਾ ਚਾਹੀਦਾ, ਇਸ ਤਰ੍ਹਾਂ ਦੇ ਕੁਝ ਹੋਰ ਕੋਈ ਖਾਸ ਹੋਰ ਵੀ ਨਿਯਮ ਕਾਇਦੇ ਨੇ? ਭੋਜਨ ਕਰਨ ਵਾਸਤੇ ਆਯੁਰਵੇਦ ਵਿੱਚ ਜਿਹੜਾ ਦੱਸਿਆ ਗਿਆ ਉਹ ਕਾਫੀ ਵਿਸਤਾਰਪੂਰਵਕ ਦੱਸਿਆ, ਪਰ ਆਪਾਂ ਸ਼ੋਰਟ 'ਚ ਇੱਥੇ ਗੱਲ ਕਰਾਂਗੇ ਜੀ। ਤਾਂ ਸਾਡੀ ਜਿਹੜੀ ਮੇਨ ਜਿਹੜੀ ਬੁੱਕ ਹੈ ਇਹਦੇ 'ਚ ਚਰਕ ਸੰਹਿਤਾ ਜੀ, ਉਹਦੇ 'ਚ ਉਹਨਾਂ ਵੱਲੋਂ ਆਚਾਰਿਆ ਚਰਕ ਜਿਹੜੇ ਹੈਗੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਸਾਡਾ ਜਿਹੜਾ ਪੇਟ ਹੈ ਉਹਦੇ 3 ਹਿੱਸੇ ਕਰਨੇ ਆ। 3 ਹਿੱਸੇ ਕਰਕੇ 1 ਹਿੱਸੇ ਦੇ ਵਿੱਚ ਜਿਹੜੇ ਸੋਲਿਡ ਜਿਹੜੇ ਠੋਸ ਪਦਾਰਥ ਨੇ ਜਿੱਦਾਂ ਸਾਡੀ ਰੋਟੀ ਹੋ ਗਈ, ਚਾਵਲ ਹੋ ਗਏ, ਸਬਜ਼ੀਆਂ ਹੋ ਗਈਆਂ, ਉਹ ਲੈਣੀਆਂ। ਅਤੇ 1 ਹਿੱਸਾ ਉਹਦੇ ਵਿੱਚ ਜਿਹੜੇ ਸਾਡੇ ਤਰਲ ਪਦਾਰਥ ਨੇ, ਪਾਣੀ ਹੋ ਗਿਆ ਜਾਂ ਸਬਜ਼ੀ ਦੇ ਵਿੱਚ ਜਿਹੜਾ ਲਿਕੁਇਡ ਹੈ ਤਰਲ ਪਦਾਰਥ ਹੈ ਉਹਦੇ ਵਾਸਤੇ ਰੱਖਣਾ, ਅਤੇ 1 ਹਿੱਸਾ ਅਸੀਂ ਖਾਲੀ ਰੱਖਣਾ ਤਾਂ ਕਿ ਜਿਹੜੀ ਜਿਹੜੀ ਪਚਣ ਦੀ ਜਿਹੜੀ ਪ੍ਰਕਿਰਿਆ ਉਹ ਆਸਾਨੀ ਨਾਲ ਹੋ ਸਕੇ। ਅਤੇ ਭੋਜਨ ਜਿਹੜਾ ਹੈਗਾ ਇਸ ਤਰ੍ਹਾਂ ਵੀ ਨਹੀਂ ਕਿ ਬਿਲਕੁਲ ਹੀ ਹਲਕਾ ਕੀਤਾ ਜਾਵੇ, ਪੇਟ ਭਰੇ ਹੀ ਨਾ, ਅਤੇ ਇਸ ਤਰ੍ਹਾਂ ਵੀ ਨਹੀਂ ਹੋਣਾ ਚਾਹੀਦਾ ਕਿ ਪੂਰਾ ਪੇਟ ਭਰ ਜਾਏ, ਸਾਡੇ ਪੇਟ ਦੇ ਵਿੱਚ ਦਰਦ ਹੋਣ ਲੱਗ ਜਾਏ, ਦਿਲ ਦੇ ਉੱਪਰ ਉਹਦਾ ਇਫੈਕਟ ਪਏ। ਅਤੇ ਭੋਜਨ ਸਾਤਵਿਕ ਭੋਜਨ ਦੀ ਆਪਾਂ ਗੱਲ ਕਰ ਹੀ ਲਈ ਕਿ ਆਪਣੀ ਤਸੀਰ ਦੇ ਅਨੁਰੂਪ ਜਿਹੜਾ ਕਰਨਾ ਚਾਹੀਦਾ ਹੈ। ਉਸ ਤੋਂ ਇਲਾਵਾ ਭੋਜਨ ਉਦੋਂ ਹੀ ਕਰਨਾ ਚਾਹੀਦਾ ਜਦੋਂ ਪਹਿਲੇ ਖਾਇਆ ਹੋਇਆ ਭੋਜਨ ਹੈ ਉਹ ਪਚ ਗਿਆ ਹੋਵੇ। ਮਤਲਬ ਅੱਜ ਕੱਲ੍ਹ ਕੀ ਹੁੰਦਾ, ਅਸੀਂ ਵਾਰ ਵਾਰ ਖਾਈ ਜਾਂਦੇ ਹਾਂ, ਬਹੁਤ ਜ਼ਿਆਦਾ ਖਾਈ ਜਾਂਦੇ ਹਾਂ। ਤਾਂ ਜਿਹੜੀ ਪਿਛਲੇ ਆਪਾਂ ਸੈਸ਼ਨ ਜਿਹੜੇ ਕੀਤੇ ਸੀ ਉਹਨਾਂ ਵਿੱਚ ਵੀ ਗੱਲ ਕੀਤੀ, ਜਿਹੜੇ ਗੈਰ ਸੰਚਾਰੀ ਰੋਗ ਨੇ ਉਹ ਵੱਧ ਰਹੇ ਨੇ, ਉਹਦਾ ਮੁੱਖ ਕਾਰਨ ਜਿਹੜਾ ਹੈਗਾ ਉਹ ਸਾਡਾ ਭੋਜਨ ਦੀ ਅਵਿਵਸਥਾ ਜਿਹੜੀ ਹੈਗੀ ਉਹ ਹੈਗੀ ਹੈ। ਜਿਹੜਾ ਤਸੀਰ ਦੀ ਤੁਸੀਂ ਗੱਲ ਕੀਤੀ ਉਹਦੇ 'ਚ ਵਿਪਰੀਤ ਆਹਾਰ ਦਾ ਵੀ ਇੱਕ ਸਵਾਲ ਆ ਜਾਂਦਾ। ਕਈ ਵਾਰੀ ਅਸੀਂ ਕੀ ਕਰਦੇ ਹਾਂ ਕਿ ਵਿਪਰੀਤ ਤਸੀਰ ਦੇ ਆਹਾਰ ਜਿਹੜੇ ਇਕੱਠੇ ਕਰਨ ਲੱਗ ਪੈਂਦੇ, ਬਾਹਰ ਗਏ ਹਾਂ ਕਿਸੇ ਪਾਰਟੀ ਫੰਕਸ਼ਨ 'ਤੇ ਗਏ ਹਾਂ ਜਾਂ ਜਿੱਥੇ ਕਿਤੇ ਮੌਕਾ ਮਿਲਦਾ ਉਦੋਂ ਅਸੀਂ ਇੱਕ ਗਰਮ ਚੀਜ਼ ਆ ਜਾਂ ਠੰਡੀ ਚੀਜ਼ ਆ ਜਾਂ ਜਿਹੜੀਆਂ ਆਪਸ ਦੇ ਵਿੱਚ ਆਹਾਰ 'ਚ ਵਿਰੁੱਧ, ਉਹ ਸਾਨੂੰ ਜ਼ਰੂਰ ਦੱਸੋ। ਵਿਰੋਧੀ ਆਹਾਰ ਦੀ ਅਸੀਂ ਪਹਿਲੇ ਆਹਾਰ ਦੀ ਗੱਲ ਕੀਤੀ ਦੇਸ਼ ਦੇ ਅਨੁਰੂਪ, ਕਾਲ ਦੇ ਅਨੁਰੂਪ, ਤਾਂ ਉਹਦਾ ਜਿਹੜਾ ਵਿਰੋਧ ਹੋਵੇ ਉਹ ਵਿਰੋਧੀ ਆਹਾਰ ਹੈ। ਇਸੇ ਤਰ੍ਹਾਂ ਕੁਛ ਭੋਜਨ ਦੱਸੇ ਗਏ ਨੇ ਕਿ ਜਿਹੜੇ ਇੱਕ ਦੂਜੇ ਦੇ ਵਿਰੋਧੀ ਨੇ ਜੀ, ਜਿਸ ਤਰ੍ਹਾਂ ਕਿ ਆਪਾਂ ਸ਼ਹਿਦ ਔਰ ਦੇਸੀ ਘਿਓ ਜੇ ਬਰਾਬਰ ਮਾਤਰਾ 'ਚ ਲੈ ਕੇ ਉਹਨੂੰ ਇਕੱਠਾ ਕਰਕੇ ਖਾਈਏ ਤਾਂ ਉਹ ਜ਼ਹਿਰ ਦਾ ਕੰਮ ਕਰਦਾ ਹੈ। ਜੇ ਅਸੀਂ ਦੁੱਧ ਦੇ ਨਾਲ ਮੱਛੀ ਖਾਈਏ ਉਹ ਵੀ ਜ਼ਹਿਰ ਦਾ ਕੰਮ ਕਰਦਾ, ਉਹ ਵੀ ਪਰਸ ਆਪਸ 'ਚ ਇੱਕ ਦੂਜੇ ਦੇ ਵਿਰੋਧੀ ਨੇ। ਅਸੀਂ ਆਮ ਤੌਰ 'ਤੇ ਦੇਖਦੇ ਹਾਂ ਕਿ ਦੁੱਧ ਦੇ ਨਾਲ ਅਸੀਂ ਨਮਕੀਨ ਖਾ ਲੈਂਦੇ ਹਾਂ, ਪਰ ਇਹ ਬਹੁਤ ਹੀ ਗਲਤ ਹੈ। ਜਿਹੜਾ ਨਮਕ ਹੈ ਸਕਿਨ ਦੀ ਪ੍ਰੋਬਲਮ, ਜਿਹੜੇ ਸਾਡੇ ਆਯੁਰਵੇਦ ਦੇ ਵਿੱਚ 6 ਰਸਾਂ ਦੀ ਕਲਪਨਾ ਕੀਤੀ ਹੈ, ਮਧੁਰ, ਅਮਲ, ਲਵਣ, ਕਟੂ, ਤਿਕਤ, ਕਸ਼ੈਤਰ, ਜਿਹੜਾ ਲਵਣ ਰਸ ਹੈ, ਨਮਕ ਸਿੰਪਲ ਆਪਾਂ ਕਹਿ ਸਕਦੇ ਹਾਂ, ਨਮਕੀਨ ਚੀਜ਼, ਉਹ ਦੁੱਧ ਦੇ ਵਿਰੋਧੀ ਹੈ, ਅਸੀਂ ਉਹਦੇ ਨੇ ਨਹੀਂ ਲੈਣਾ। ਇਸ ਤਰ੍ਹਾਂ ਲਸਣ ਪਿਆਜ਼ ਖਾਣ ਤੋਂ ਬਾਅਦ ਅਸੀਂ ਦੁੱਧ ਨਹੀਂ ਲੈਂਦੇ, ਅਤੇ ਸਾਡੇ ਦੇਸ਼ ਦੇ ਹਿੱਸਿਆਂ ਵਿੱਚ ਕੁਝ ਹਿੱਸਿਆਂ ਵਿੱਚ ਇਹ ਪ੍ਰਚਲਨ ਹੈ ਕਿ ਅਸੀਂ ਦਹੀਂ ਨੂੰ ਗਰਮ ਕਰਕੇ ਤੜਕਾ ਲਗਾ ਕੇ ਖਾਂਦੇ ਹਾਂ। ਹਿਮਾਚਲ ਦੇ ਵਿੱਚ ਵਿਸ਼ੇਸ਼ ਤੌਰ 'ਤੇ ਇਹਨੂੰ ਕੜੂ ਦੇ ਨਾਮ ਨਾਲ ਜਿਹੜਾ ਖਾਇਆ ਜਾਂਦਾ ਉਹ ਵਿਰੋਧ ਆਹਾਰ ਹੈ। ਦੁੱਧ ਦੇ ਨਾਲ ਤੁਸੀਂ ਕਟਹਲ ਦਾ ਫਲ ਖਾਓ, ਕਟਹਲ ਦੀ ਸਬਜ਼ੀ ਖਾਓ, ਉਹ ਆਪਸ 'ਚ ਵਿਰੋਧੀ ਨਹੀਂ। ਮੈਂ ਪਿਛਲੇ ਸਵਾਲ ਨੂੰ ਥੋੜ੍ਹਾ ਦੁਬਾਰਾ ਜਾਣਨਾ ਚਾਹ ਰਿਹਾ ਤਾਂ ਕਿ ਦਰਸ਼ਕਾਂ ਨੂੰ ਔਰ ਮੈਨੂੰ ਪਤਾ ਲੱਗ ਸਕੇ ਦਹੀਂ ਨੂੰ ਕਿਸ ਤਰ੍ਹਾਂ ਗਰਮ ਕਰਕੇ ਤੜਕਾ, ਕੁਛ ਲੋਕ ਖਾਂਦੇ ਨੇ, ਕਿਸ ਤਰ੍ਹਾਂ ਬਣਾਉਣਾ ਚਾਹੀਦਾ? ਨਹੀਂ ਨਹੀਂ, ਦਹੀਂ ਤਾਂ ਨੋਰਮਲੀ ਅਸੀਂ ਉਹਨੂੰ ਗਰਮ ਨਹੀਂ ਕਰਦੇ, ਜਿਸ ਤਰ੍ਹਾਂ ਹੀ ਆਪਾਂ ਜਮਾਉਂਦੇ ਉਸ ਤਰ੍ਹਾਂ ਉਹਨੂੰ ਖਾਂਦੇ ਹਾਂ। ਪਰ ਕੁਛ ਲੋਕ ਦਹੀਂ ਜਮਾਉਣ ਤੋਂ ਬਾਅਦ ਜਦੋਂ ਦਹੀਂ ਜਮ ਜਾਂਦਾ ਉਸ ਤੋਂ ਬਾਅਦ ਉਹਨੂੰ ਤੜਕਾ ਲਗਾਉਂਦੇ ਆ, ਉਹ ਗਲਤ ਹੈ ਜੀ। ਜੀ ਜੀ, ਉਹ ਸੰਸਕਾਰ ਡਾਕਟਰ ਸਾਹਿਬ, ਜਿਸ ਤਰ੍ਹਾਂ ਮਾਂ ਦੀ ਦਾਲ, ਉੜਦ ਦੀ ਦਾਲ ਹੁੰਦੀ ਹੈ, ਉਹਦੇ ਨਾਲ ਦਹੀਂ ਦਾ ਆਪਾਂ ਉਪਯੋਗ ਕਰਦੇ ਹਾਂ ਅਕਸਰ, ਜਦੋਂ ਕਿਸੇ ਵੇਲੇ ਖਾਣ ਦੇ ਭੋਜਨ ਦੀ ਥਾਲੀ ਵੀ ਜਾਂਦੇ ਕਿਸੇ ਭੋਜਨਾਲੇ ਦੇ ਵਿੱਚ, ਰੈਸਟੋਰੈਂਟ, ਢਾਬੇ ਦੇ ਵਿੱਚ, ਉੱਥੇ ਸਾਨੂੰ ਸਾਰਾ ਕੁਝ ਮਿਲਦਾ ਹੈ, ਕੀ ਉਹ ਸਹੀ ਹੈ ਇੱਕ ਦੂਸਰੇ ਦੇ ਨਾਲ ਖਾਣਾ? ਜਿਹੜੀ ਤਸੀਰ ਹੈ ਉਹਨਾਂ ਦੀ ਜੇ ਆਪਸ 'ਚ ਮਿਲਦੀ ਹੈ ਕਿਸੇ ਵੀ ਭੋਜਨ ਦੀ, ਆਪਾਂ ਇੱਕ ਯੂਨੀਵਰਸਲ ਨਿਯਮ ਲੈ ਕੇ ਚੱਲੀਏ ਤਾਂ ਉਹ ਗਲਤ ਨਹੀਂ ਹੈ। ਅਤੇ ਜਿੱਦਾਂ ਤੁਸੀਂ ਮਾਂ ਦੀ ਦਾਲ ਦੀ ਗੱਲ ਕੀਤੀ ਅਤੇ ਦਹੀਂ ਦੀ ਗੱਲ ਕੀਤੀ, ਉਹ ਆਪਸ 'ਚ ਨਹੀਂ ਮਿਲਦੇ, ਤਾਂ ਇਸ ਕਰਕੇ ਜਿਹੜਾ ਹੈਗਾ ਇਕੱਠੇ ਖਾਣਾ ਗਲਤ ਹੈ। ਜਿੱਦਾਂ ਆਪਾਂ ਆਈਸਕ੍ਰੀਮ ਖਾਂਦੇ ਹਾਂ ਭੋਜਨ ਤੋਂ ਬਾਅਦ, ਗਰਮ ਭੋਜਨ ਤੋਂ ਬਾਅਦ ਠੰਡੀ ਆਈਸਕ੍ਰੀਮ ਖਾ ਲਈ, ਉਹ ਵਿਰੋਧੀ ਹੈ। ਆਪਾਂ ਆਪਾਂ ਇਹਨੂੰ ਮਹਿਸੂਸ ਵੀ ਕਰੀਏ ਤਾਂ ਸਾਡੇ ਦੰਦਾਂ 'ਤੇ ਇਹਦਾ ਬੜਾ ਇਫੈਕਟ ਪੈਂਦਾ, ਨੈਗੇਟਿਵ ਇਫੈਕਟ ਜਿਹੜਾ, ਨੈਗੇਟਿਵ ਪ੍ਰਭਾਵ ਜਿਹੜਾ ਪੈਂਦਾ ਇਨੈਮਲ ਦੇ ਉੱਪਰ ਜੀ। ਤਾਂ ਇਸ ਕਰਕੇ ਵਿਰੋਧੀ ਆਹਾਰ
ਵੱਖ-ਵੱਖ ਕਾਰਨ ਹੋ ਸਕਦੇ ਨੇ, ਪਰ ਉਹਦਾ ਇੱਕ ਸਿੰਪਲ ਇੱਕ ਜਿਹੜਾ ਅਸੀਂ ਇੱਕ ਵਨ ਇੱਕ ਲਾਈਨ 'ਤੇ ਜਾਈਏ ਤਾਂ ਉਹਦਾ ਇੱਕੋ ਹੀ ਕਾਰਨ ਹੈ ਕਿ ਜਦੋਂ ਅਸੀਂ ਆਪਣੇ ਵਰਤਮਾਨ ਦੇ ਵਿੱਚ ਨਹੀਂ ਰਹਿੰਦੇ, ਜਾਂ ਤਾਂ ਅਸੀਂ ਆਪਣੇ ਪਾਸਟ ਦੇ ਵਿੱਚ ਹੁੰਦੇ ਹਾਂ ਜਾਂ ਅਸੀਂ ਆਪਣੇ ਫਿਊਚਰ ਦੇ ਵਿੱਚ ਹੁੰਦੇ ਹਾਂ ਜੀ। ਉਹ ਮੁੱਖ ਕਾਰਨ ਹੈ ਡਿਪਰੈਸ਼ਨ ਹੋਣ ਦਾ। ਬੰਦੇ ਦੇ ਮਨ ਦੇ ਵਿਚਾਰ, ਬੰਦੇ ਦੇ ਮਨ ਦੀ ਸੋਚ ਇੱਕੋ ਵਿਸ਼ੇ ਦੇ ਉੱਪਰ ਵਾਰ ਵਾਰ ਘੁੰਮੀ ਜਾਂਦੀ ਹੈ, ਜਾਂ ਉਹ ਪਿੱਛੇ ਪਿਛਲਾ ਸਮਾਂ ਜਿਹੜਾ ਹੈਗਾ ਉਹਦੇ ਨਾਲ ਜ਼ਿਆਦਾ ਜੁੜਿਆ ਰਹਿੰਦਾ, ਜਾਂ ਅੱਗੇ ਦੀ ਜਿਹੜੀ ਚਿੰਤਾ ਹੈ ਉਹ ਜ਼ਿਆਦਾ, ਉਹ ਮੁੱਖ ਕਾਰਨ ਡਿਪਰੈਸ਼ਨ ਦਾ। ਤਾਂ ਯੋਗ ਦਾ ਜਿਹੜਾ ਕਨਸੈਪਟ ਹੈ, ਜਿਹਦੀ ਜਿਹੜੀ ਯੋਗ ਦੀ ਵਿਵਸਥਾ ਆਚਾਰਿਆ ਵੱਲੋਂ ਪਿੱਛੇ ਪਤੰਜਲੀ ਜੀ ਵੱਲੋਂ ਕੀਤੀ ਗਈ ਹੈ, ਤਾਂ ਉਹਦਾ ਇਹੀ ਹੈ ਕਿ ਵਰਤਮਾਨ ਦੇ ਵਿੱਚ ਰਹਿਣਾ। ਤਾਂ ਯੋਗ ਬੰਦੇ ਨੂੰ ਵਰਤਮਾਨ ਦੇ ਵਿੱਚ ਲੈ ਕੇ ਆਉਂਦਾ ਹੈ। ਯੋਗ ਦੇ ਆਸਣ, ਪ੍ਰਾਣਾਯਾਮ, ਕਿਰਿਆਵਾਂ ਉਹ ਵਿਅਕਤੀ ਨੂੰ ਵਰਤਮਾਨ ਸਮੇਂ ਦੇ ਵਿੱਚ ਲੈ ਕੇ ਆਉਂਦਾ। ਜਦੋਂ ਬੰਦਾ ਵਰਤਮਾਨ ਦੇ ਵਿੱਚ ਹੁੰਦਾ ਹੈ, ਜਿਹੜਾ ਕੋਈ ਜੋ ਵੀ ਕੁਛ ਕੰਮ ਕਰ ਰਿਹਾ, ਤਾਂ ਉਹ ਪਿਛਲੇ ਸਮੇਂ ਨੂੰ ਭੁੱਲ ਜਾਂਦਾ, ਅਗਲੇ ਸਮੇਂ ਦੀ ਚਿੰਤਾ ਜਿਹੜੀ ਉਹ ਹਟ ਜਾਂਦੀ ਹੈ, ਤਾਂ ਉਹ ਡਿਪਰੈਸ਼ਨ ਨੂੰ ਜਿਹੜਾ ਹੈਗਾ ਕੰਟਰੋਲ ਕਰਦੇ ਹਨ। ਦੂਜੀ ਗੱਲ ਹੈ, ਡਿਪਰੈਸ਼ਨ ਜਿਹੜਾ ਹੈਗਾ ਸਾਡੇ ਮਨ ਦੇ ਵਿਚਾਰ ਨੇ ਜਿਹੜੇ ਬਹੁਤ ਤੇਜ਼ੀ ਨਾਲ ਚੱਲ ਰਹੇ ਨੇ, ਜਿਹਨੂੰ ਅਸੀਂ ਕੰਟਰੋਲ ਨਹੀਂ ਕਰ ਪਾ ਰਹੇ। ਜਦੋਂ ਮਨ ਨੂੰ ਸੰਯਮ ਰੱਖਾਂਗੇ, ਹਾਂ, ਤਾਂ ਜਦੋਂ ਅਸੀਂ ਮਨ ਨੂੰ ਕਾਬੂ ਦੇ ਵਿੱਚ ਕਰ ਲਵਾਂਗੇ ਯੋਗ ਨਾਲ, ਤਾਂ ਉਹ ਸਾਡੇ ਵਿਚਾਰ ਜਿਹੜੇ ਹੈਗੇ ਹੌਲੀ ਹੌਲੀ ਬੰਦ ਹੋ ਜਾਣਗੇ। ਇਹਦੇ ਵਿੱਚ ਮਤਲਬ ਭਗਵਤ ਗੀਤਾ ਦੀ ਆਪਾਂ ਪਿੱਛੇ ਗੱਲ ਕੀਤੀ, ਇਹਦੇ ਵਿੱਚ ਵੀ ਅਰਜਨ ਵੱਲੋਂ ਇਹ ਸਵਾਲ ਕੀਤਾ ਗਿਆ ਸੀ ਕ੍ਰਿਸ਼ਨ ਜੀ ਨੂੰ ਮਹਾਰਾਜ ਨੂੰ, ਕਿ ਮਨ ਨੂੰ ਕਾਬੂ ਕਰਨਾ ਤਾਂ ਬੜਾ ਮੁਸ਼ਕਿਲ ਹੈ, ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੰਸ਼ੇ ਮਹਾਂਬਾਹੋ ਮਨ ਦੂ ਨਿਗ੍ਰਹਿ ਚਲਮ ਅਭਿਆਸੇਣ ਤੂੰ ਕੌਂਤੇ ਵੈਰਾਗਿਨ ਚਾਹੇ ਗਰੇ ਜਿਤੇ। ਕਿ ਬਿਲਕੁਲ ਸੱਚੀ ਗੱਲ ਹੈ ਕਿ ਮਨ ਜਿਹੜਾ ਹੈਗਾ ਉਹ ਕਾਬੂ ਕਰਨਾ ਬਹੁਤ ਹੀ ਮੁਸ਼ਕਿਲ ਕੰਮ ਹੈ, ਪਰ ਜੇ ਆਪਾਂ ਵਾਰ ਵਾਰ ਇਹਦਾ ਅਭਿਆਸ ਕਰੀਏ ਤਾਂ ਉਸਨੂੰ ਕਾਬੂ ਦੇ ਵਿੱਚ ਲਿਆ ਸਕਦੇ ਹਾਂ। ਡਾਕਟਰ ਸਾਹਿਬ, ਥੋੜ੍ਹਾ ਜਿਹਾ ਸਮਾਂ ਜਾਂਦੇ ਜਾਂਦੇ ਸਮੇਂ ਦੇ ਇੱਕ ਅੱਧੇ ਜਿਹੜੇ ਮਿੰਟ ਦੇ ਵਿੱਚ ਮੈਂ ਸਵਾਲ, ਕਿਉਂਕਿ ਯੋਗ ਪੋਚਨ ਸਿਹਤ ਤਿੰਨਾਂ ਦਾ ਆਪਸ ਸੰਬੰਧ, ਸਿਹਤ ਦੇ ਉੱਤੇ ਸਾਡਾ ਕਿਸ ਤਰ੍ਹਾਂ ਅਸਰ ਪਾ ਰਿਹਾ ਤੁਸੀਂ ਆਲਰੇਡੀ ਦੱਸ ਦਿੱਤਾ ਹੈ, ਫਿਰ ਵੀ ਸਿਹਤ ਨੂੰ ਕਾਇਮ ਰੱਖਣ ਲਈ ਅਸੀਂ ਬਹੁਤ ਤਰ੍ਹਾਂ ਦੀਆਂ ਜਿਵੇਂ ਐਕਸਰਸਾਈਜ਼ ਕਰਦੇ ਹਾਂ, ਜਿਮ ਕਰਦੇ ਹਾਂ, ਇਹਦਾ ਹੋਰ ਕੀ ਸਿੱਧਾ ਅਸਰ ਹੈ ਯੋਗ ਦਾ ਅਤੇ ਭੋਜਨ ਦਾ ਸਿਹਤ ਦੇ ਉੱਤੇ, ਜਾਂ ਕੋਈ ਜਿਹੜਾ ਰਹਿ ਗਿਆ ਹੋਵੇ ਪਹਿਲੂ ਸਾਡੀ ਨਜ਼ਰ ਤੋਂ? ਜੇ ਆਪਾਂ ਸਿਹਤ ਦੀ ਪਰਿਭਾਸ਼ਾ ਦੀ ਗੱਲ ਕਰੀਏ ਜੀ, ਤਾਂ ਜਿਹੜੀ ਸਾਡੀ ਸਿਰਮੌਰ ਸੰਸਥਾ ਹੈ ਵਰਲਡ ਹੈਲਥ ਔਰਗੇਨਾਈਜ਼, ਉਹਨੇ ਮੈਨੂੰ ਦੱਸਿਆ ਕਿ ਆਪਾਂ ਜਿਹੜੀ ਬਿਮਾਰੀ ਹੈ ਜਾਂ ਸਿਹਤ ਹੈ ਉਹਦੀ ਕਲਪਨਾ ਕਰੀਏ, ਸਿਹਤ ਉਹਨੇ ਕਿਹਾ ਕਿ ਇਹ ਨਹੀਂ ਹੈ ਕਿ ਤੁਹਾਡੇ ਖੁਦ ਸਰੀਰ ਦੇ ਵਿੱਚ ਕੋਈ ਬਿਮਾਰੀ ਨਹੀਂ ਹੈ ਤਾਂ ਤੁਸੀਂ ਸਿਹਤਮੰਦ ਹੋ। ਉਹ ਕਹਿੰਦੇ ਕੰਪਲੀਟ ਫਿਜ਼ੀਕਲ, ਮੈਂਟਲ ਅਤੇ ਸੋਸ਼ਲ ਵੈਲਬੀਂਗ, ਸਮਾਜਿਕ ਤੌਰ 'ਤੇ ਵੀ, ਸਰੀਰਿਕ ਤੌਰ 'ਤੇ ਵੀ, ਮਾਨਸਿਕ ਤੌਰ 'ਤੇ ਵੀ ਤੁਸੀਂ ਜਿਹੜੇ ਸਿਹਤਮੰਦ ਹੋਣਾ ਜ਼ਰੂਰੀ ਹੈ। ਤਾਂ ਯੋਗ ਜਿਹੜਾ ਮਨ ਨੂੰ ਵੀ ਸਿਹਤਮੰਦ ਕਰਦਾ ਹੈ, ਆਸਣ ਜਿਹੜਾ ਹਿੱਸਾ ਹੈ ਉਹ ਸਰੀਰ ਨੂੰ ਵੀ ਸਿਹਤਮੰਦ ਕਰਦਾ ਹੈ, ਤਾਂ ਮਨ ਸਰੀਰ ਦੋਨਾਂ ਨੂੰ ਵੀ ਸਿਹਤਮੰਦ ਕਰਦਾ, ਸਾਡਾ ਸਮਾਜ ਨੂੰ ਸਿਹਤਮੰਦ ਕਰਦਾ, ਤਾਂ ਸਪਿਰਿਚੁਅਲੀ ਜਿਹੜਾ ਹੈਗਾ ਬੰਦਾ ਹੈਗਾ ਉਹ ਸਿਹਤਮੰਦ ਰਹਿੰਦਾ ਹੈ। ਤਾਂ ਪੋਜ਼ਿਟਿਵ ਹੈਲਥ ਦੀ ਸਿੱਧੇ ਸ਼ਬਦਾਂ 'ਚ, ਜੇ ਕਿਸੇ ਨੂੰ ਕਿਸੇ ਤਰੀਕੇ ਦੀ ਕੋਈ ਨੋਰਮਲ ਬਿਮਾਰੀ ਹੋ ਜਾਏ ਤਾਂ ਉਹਦੇ ਤੋਂ ਵੀ ਯੋਗ ਆਸਣ ਇਹਨਾਂ ਦੇ ਦੁਆਰਾ ਬਚਿਆ ਜਾ ਸਕਦਾ ਹੈ। ਬਿਮਾਰੀ ਹੋਣ ਤੋਂ ਪਹਿਲਾਂ ਜੇ ਯੋਗ ਦਾ ਸਹਾਰਾ ਲਿਆ ਜਾਵੇ ਤਾਂ ਉਹ ਜ਼ਿਆਦਾ ਫਾਇਦੇਮੰਦ ਹੈ। ਬਿਮਾਰੀ ਹੋਣ ਤੋਂ ਬਾਅਦ ਯੋਗ ਦਾ ਜਿਹੜਾ ਇਫੈਕਟ ਹੈ ਉਹ ਘੱਟ ਜਾਂਦਾ ਹੈ, ਘੱਟ ਜਾਂਦਾ। ਤਾਂ ਯੋਗ ਜਿਹੜਾ ਆਸਣ ਹੈ ਜਾਂ ਪ੍ਰਾਣਾਯਾਮ ਹੈ, ਤੁਸੀਂ ਰੋਜ਼ਮਰਾ ਦੀ ਜ਼ਿੰਦਗੀ 'ਚ ਸ਼ਾਮਲ ਹੋ ਜਾਵੋ ਤਾਂ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ। ਪਰ ਜੇ ਇੱਕ ਵਾਰ ਬਿਮਾਰੀ ਹੋ ਗਈ, ਫਿਰ ਉਹਦੇ ਵਾਸਤੇ ਤੁਹਾਨੂੰ ਡਾਕਟਰ ਦੇ ਕੋਲ ਜਾਣਾ ਹੀ ਪੈਣਾ। ਜੀ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਆਪਣਾ ਕੀਮਤੀ ਵਕਤ ਕੱਢਿਆ ਵਿਸ਼ਾਲੀ ਜੀ ਵਿਦਾ ਲਈ। ਜੀ, ਹੁਣ ਸਮਾਂ ਹੋ ਗਿਆ। ਧੰਨਵਾਦ ਡਾਕਟਰ ਸਾਹਿਬ। ਥੈਂਕ ਯੂ ਜੀ। ਧੰਨਵਾਦ, ਸ਼ੁਕਰੀਆ। ਸ਼ੁਕਰੀਆ।